ਮੱਖਣ ਸ਼ੋ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੁਨੀਆ ਭਰ ਦੇ ਵਿੱਚ ਤੁਸੀਂ ਇਸ ਵੇਲੇ ਸਾਨੂੰ ਦੇਖ ਰਹੇ ਹੋ ਅਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਵੇਲੇ ਪੂਰਬੀ ਸਾਹਿਲੀ ਸਮੇਂ ਦੇ ਮੁਤਾਬਕ ਰਾਤ ਦੇ 9:33 ਹੋ ਰਹੇ ਨੇ ਅਤੇ ਪੱਛਮੀ ਸਾਹਿਲੀ ਸਮੇਂ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ ਸਹੀ 6:33 ਅਤੇ 41 ਸੈਕਿੰਡ ਹੋ ਰਹੇ ਨੇ ਅਤੇ ਸਮਾਂ ਕੁਛ ਇਸ ਤਰ੍ਹਾਂ ਦਾ। ਮੈਂ ਹਾਜ਼ਰ ਹਾਂ ਤੁਹਾਡਾ ਅਜੀਤ ਸੁਰਿੰਦਰ ਸਿੰਘ ਅੱਜ ਦਾ ਭਖ ਦਾ ਮੁੱਦਾ ਲੈ ਕੇ ਅਤੇ ਇਸ ਵੇਲੇ ਤੁਸੀਂ ਸਾਨੂੰ ਦੁਨੀਆ ਦੇ ਵਿੱਚ ਵੱਖ ਵੱਖ ਮਾਧਿਅਮਾਂ ਦੇ ਜ਼ਰੀਏ ਲਾਈਵ ਦੇਖ ਰਹੇ ਹੋ। ਤੁਹਾਡਾ ਸਾਰਿਆਂ ਦਾ ਗਰਮ ਜੋਸ਼ੀ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਅੱਜ ਦਾ ਮੁੱਦਾ ਹੈ ਕਾਫੀ ਜਿਹੜੀ ਅਸੀਂ ਕਰੰਟ ਅਫੇਅਰਸ 'ਤੇ ਜਦੋਂ ਜ਼ਿਆਦਾ ਗੱਲ ਕਰਦੇ ਹਾਂ ਅਜਿਹੇ ਮੁੱਦੇ ਸਮੇਂ 'ਤੇ ਉੱਠਦੇ ਨੇ। ਖਾਸ ਕਰਕੇ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਬਜਟ ਸੈਸ਼ਨ ਜਿਸ ਦਿਨ ਖਤਮ ਹੋਇਆ ਉਸ ਦਿਨ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿਹੜੀ ਸਟੇਟਮੈਂਟ ਉੱਥੇ ਵਿਧਾਨ ਸਭਾ ਦੇ ਵਿੱਚ ਦਿੱਤੀ ਗਈ ਉਹ ਬਹੁਤ ਸਾਨੂੰ ਉਤੇਜਿਤ ਕਰਦੀ ਹੈ। ਉਹ ਜਿਹੜੀ ਸਟੇਟਮੈਂਟ ਹੈ ਮਨਪ੍ਰੀਤ ਸਿੰਘ ਬਾਦਲ ਦੀ ਆਪਣੇ ਆਪ ਦੇ ਵਿੱਚ ਇੱਕ ਮੁੱਦਾ ਹੈ 31,000 ਕਰੋੜ ਰੁਪਏ ਦਾ ਕਿ ਕਿਵੇਂ ਬਾਦਲ ਸਰਕਾਰ ਨੇ 2017 ਦੇ ਵਿੱਚ ਚੋਣ ਨਤੀਜਿਆਂ ਤੋਂ ਸਿਰਫ ਇੱਕ ਦਿਨ ਪਹਿਲਾਂ ਦਸਤਖਤ ਕਰਕੇ ਉਹ 31,000 ਕਰੋੜ ਰੁਪਇਆ ਯਕਦਮ ਕੇਂਦਰ ਸਰਕਾਰ ਦੀ ਝੋਲੀ ਵਿੱਚ ਪਾ ਦਿੱਤਾ। ਇਹਦੇ ਨਾਲ ਕੀ ਨੁਕਸਾਨ ਹੋਏ ਅਤੇ ਕੀ ਇਸ ਦੇ ਨਾਲ ਕੀਤਾ ਜਾ ਸਕਦਾ ਸੀ 31,000 ਕਰੋੜ ਰੁਪਏ ਨਾਲ, ਇਹ ਇੱਕ ਵੱਡਾ ਮਸਲਾ। ਉਸ ਤੋਂ ਪਹਿਲਾਂ ਸੱਚ ਦੀ ਗੱਲ ਹੈ ਜਿਹੜੀ ਅੱਜ ਦੇ ਮੁੱਦੇ ਦੀ ਗੱਲ ਹੈ ਕਿ ਇਸ ਸਟੇਟਮੈਂਟ ਨੂੰ 3 ਸਾਲ ਕਿਉਂ ਲੱਗੇ। ਖਾਸ ਕਰਕੇ ਜੇ ਇਹ ਮਸਲਾ 2017 ਦਾ ਤਾਂ ਹੁਣ 2020 ਚੱਲ ਰਿਹਾ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਇਹ 3ਜਾ ਬਜਟ ਭਾਸ਼ਣ ਸੀ ਅਤੇ ਉਹਨਾਂ ਨੂੰ 3 ਸਾਲ ਕਿਉਂ ਲੱਗੇ, ਇਹ ਇੱਕ ਮੁੱਦਾ। ਅਤੇ ਵੱਖਰੀ ਗੱਲ ਹੈ ਕਿ ਉਹ ਵੀ ਉਸੇ ਪਰਿਵਾਰ 'ਚੋਂ ਨੇ, ਬਾਦਲ ਪਰਿਵਾਰ 'ਚੋਂ, ਪ੍ਰਕਾਸ਼ ਸਿੰਘ ਬਾਦਲ ਦੇ ਉਹ ਭਤੀਜੇ ਨੇ। ਅਤੇ ਇਹ ਸਾਰਾ ਕੁਛ ਇਹਨਾਂ ਗੱਲਾਂ ਦੇ ਪਿੱਛੇ ਆ। ਅੱਜ ਅਸੀਂ ਇਸ ਵਿਸ਼ੇ 'ਤੇ ਵਿਚਾਰ ਚਰਚਾ ਕਰਾਂਗੇ। ਭਾਰਤ ਦੇ ਵਿੱਚ ਹਾਲਾਤ ਕੋਈ ਬਹੁਤੇ ਚੰਗੇ ਨਹੀਂ, ਖਾਸ ਕਰਕੇ ਆਰਥਿਕਤਾ ਨੂੰ ਲੈ ਕੇ। ਜੇ ਉਸਨੂੰ ਪੰਜਾਬ ਦੇ ਮੌਜੂਦਾ ਆਰਥਿਕ ਹਾਲਾਤਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਕਾਫੀ ਕੁਛ ਆਪਸ ਦੇ ਵਿੱਚ ਮਿਲਦਾ, ਜਿੱਥੇ ਵਿਜੇ ਮਾਲਿਆ ਅਤੇ ਹੋਰ ਜਿਹੜੀਆਂ ਮਹੱਤਵਪੂਰਨ ਸ਼ਖਸੀਅਤਾਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਭਾਰਤ ਦੀਆਂ। ਅਤੇ ਮੈਂ ਤੁਹਾਨੂੰ ਹੋਲਡ 'ਤੇ ਪਾਉਂਦਾ ਜੀ। ਜਿਹੜੀਆਂ ਮਹੱਤਵਪੂਰਨ ਸ਼ਖਸੀਅਤਾਂ ਨੇ ਉਹਨਾਂ ਦਾ ਪੈਸਾ ਲੈ ਕੇ, ਬੈਂਕਾਂ ਦਾ ਪੈਸਾ ਲੈ ਕੇ ਭਾਰਤ ਦੇ ਵਿੱਚੋਂ ਰਫੂ ਚੱਕਰ ਹੋਣਾ ਅਤੇ ਬਾਦਲ ਪਰਿਵਾਰ ਵੱਲੋਂ ਖਾਸ ਕਰਕੇ ਜਿਸ ਵੇਲੇ ਉਹ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਕੀਤਾ ਗਿਆ, ਇਹ ਆਪਸ ਦੇ ਵਿੱਚ ਕੜੀਆਂ ਕਿਧਰੇ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ, ਜਾਂ ਇਹ ਇਤਫਾਕਨ ਹੈ ਸਾਰਾ ਕੁਛ, ਇਹਦੇ ਬਾਰੇ ਆਪਾਂ ਅੱਜ ਚਰਚਾ ਕਰਾਂਗੇ। ਜੇ ਸੱਚ ਦੀ ਗੱਲ ਕਰੀਏ, ਪਾਕਿਸਤਾਨ ਦੇ ਮਸ਼ਹੂਰ ਅਤੇ ਮਰਹੂਮ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਨੇ ਆਪਣੀ ਨਜ਼ਮ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਕਿਹਾ ਕਿ ਅਫਜ਼ਲ ਅਹਿਸਨ ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ, ਅਫਜ਼ਲ ਅਹਿਸਨ ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ, ਚੁੱਕਣ ਲਈ ਸਲੀਬ ਅਤੇ ਪੀਣ ਲਈ ਜ਼ਹਿਰ ਪਿਆਲਾ ਮੰਗ, ਜਾਂ ਮੈਥੋਂ ਇਹ ਬੋਲਣਾ, ਇਹ ਸੁਣਨਾ, ਇਹ ਦੇਖਣਾ ਅਤੇ ਇਹ ਸੋਚਣਾ ਲੈ ਲੈ, ਜਾਂ ਫਿਰ ਮੈਨੂੰ ਆਪਣੀ ਡੂੰਘੀ ਚੁੱਪ ਦੇ ਰੰਗ ਵਿੱਚ ਰੰਗ। ਹੁਣ ਅਸੀਂ ਡੂੰਘੀ ਚੁੱਪ ਦੇ ਰੰਗ ਵਿੱਚ ਨਹੀਂ ਰੰਗੇ ਜਾ ਸਕਦੇ, ਅਸੀਂ ਬੋਲਣਾ। ਜੋ ਕੁਛ ਅਸੀਂ ਦੇਖਦੇ ਹਾਂ, ਜੋ ਕੁਛ ਅਸੀਂ ਸੁਣਦੇ ਹਾਂ, ਜੋ ਕੁਛ ਅਸੀਂ ਮਹਿਸੂਸ ਕਰਦੇ ਹਾਂ, ਖਾਸ ਕਰਕੇ ਆਪਣੇ ਮੁਲਕ ਪੰਜਾਬ ਬਾਰੇ, ਤਾਂ ਅਸੀਂ ਤੁਹਾਡੇ ਤੱਕ ਉਹ ਗੱਲਬਾਤ ਜ਼ਰੂਰ ਕਰਾਂਗੇ। 1970 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਦਾ, 1970 ਤੋਂ ਲੈ ਕੇ 1971 ਤੱਕ ਉਹ 1.5 ਸਾਲ ਦੇ ਸਮੇਂ ਲਈ ਪੰਜਾਬ ਦਾ ਮੁੱਖ ਮੰਤਰੀ ਬਣਦਾ। ਉਸ ਤੋਂ ਬਾਅਦ 1977 ਤੋਂ ਲੈ ਕੇ 1980 ਤੱਕ ਦੂਜੀ ਵਾਰ ਮੁੱਖ ਮੰਤਰੀ ਬਣਦਾ ਅਤੇ ਉਸ ਤੋਂ ਬਾਅਦ 3ਜੀ ਵਾਰ ਮੁੱਖ ਮੰਤਰੀ ਬਣਦਾ 1997 ਤੋਂ ਲੈ ਕੇ 2002 ਤੱਕ, ਅਤੇ ਉਸ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਚੌਥੀ ਅਤੇ ਪੰਜਵੀਂ ਵਾਰੀ ਲਗਾਤਾਰ 10 ਸਾਲ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਰਹਿੰਦਾ। ਅਤੇ ਇਹਨਾਂ 10 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਵਾਗਡੋਰ ਹੈ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ, ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਪੁੱਤਰ ਅਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸਾਲਾ ਸਾਹਿਬ ਨੇ ਬਿਕਰਮਜੀਤ ਸਿੰਘ ਮਜੀਠੀਆ, ਇਹਨਾਂ 3-4 ਲੋਕਾਂ ਦੇ ਹੱਥ ਵਿੱਚ ਰਹਿੰਦੀ ਹੈ ਵਾਗਡੋਰ। ਅਤੇ ਇਸ ਦੇ ਦੌਰਾਨ ਪੰਜਾਬ ਦੀ ਭਾਸ਼ਾ, ਪੰਜਾਬ ਦੀ ਮਿੱਟੀ ਅਤੇ ਪੰਜਾਬ ਦੇ ਪਾਣੀਆਂ ਬਾਰੇ
ਅਸੀਂ ਦੇਖਦੇ ਹਾਂ ਜਿੱਥੇ ਉਹਨਾਂ ਦੀ ਲੁੱਟ ਹੋਈ ਉੱਥੇ ਖਜ਼ਾਨੇ ਦੀ ਲੁੱਟ ਹੋਈ। 2011 ਦੇ ਵਿੱਚ ਜਿਸ ਵੇਲੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧੀ ਚੋਣ ਪ੍ਰਚਾਰ ਆਪਣੇ ਸਿਖਰਾਂ 'ਤੇ ਸੀ, ਉਸ ਵੇਲੇ ਇੱਕ ਕੇਂਦਰ ਵੱਲੋਂ ਇੱਕ ਰਕਮ ਭੇਜੀ ਗਈ ਸੀ ਪੰਜਾਬ ਦੇ, ਉਹਨਾਂ ਘੱਟ ਗਿਣਤੀ ਕੌਮਾਂ ਦੇ ਨਾਲ ਸੰਬੰਧਿਤ ਇੱਕ ਵਜ਼ੀਫਾ ਦਿੱਤਾ ਜਾਂਦਾ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹ ਘੱਟ ਗਿਣਤੀ ਕੌਮਾਂ ਲਈ ਜਿਹੜਾ 1,000 ਕਰੋੜ ਰੁਪਈਆ ਵਜ਼ੀਫਾ ਪੰਜਾਬ ਸਰਕਾਰ ਨੂੰ ਫੰਡ ਦੇ ਤੌਰ ਦੇ ਉੱਤੇ, ਗ੍ਰਾਂਟ ਦੇ ਤੌਰ 'ਤੇ ਡਾਕਟਰ ਮਨਮੋਹਨ ਸਿੰਘ ਸਰਕਾਰ ਵੱਲੋਂ ਭੇਜਿਆ ਗਿਆ ਸੀ, ਉਹ ਵਜ਼ੀਫਾ ਬਾਦਲ ਸਰਕਾਰ ਨੇ ਉਸ ਵੇਲੇ ਸੰਗਤ ਦਰਸ਼ਨਾਂ ਦੇ ਦੌਰਾਨ ਪੰਚਾਇਤਾਂ ਨੂੰ ਵੰਡ ਦਿੱਤਾ ਸੀ, ਤਾਂ ਕਿ ਪੰਚਾਇਤਾਂ ਜਾਂ ਉਹਨਾਂ ਦੇ ਜਿਹੜੇ ਖੈਰ ਖਵਾਹ ਲੋਕ ਨੇ ਉਹ ਇੱਕ ਵੱਡਾ ਧੜਾ ਬਣਾ ਕੇ ਉਸ ਪਿੰਡ ਦੇ ਵਿੱਚੋਂ ਉਹ ਗ੍ਰਾਂਟ ਦੀ ਜਿਹੜੀ ਰਕਮ ਹੈ ਉਸਨੂੰ ਖਾ ਕੇ ਬਾਦਲ ਜਿਹੜਾ ਅਕਾਲੀ ਦਲ ਹੈ ਉਹਦੇ ਹੱਕ ਦੇ ਵਿੱਚ ਵੋਟਾਂ ਭੁਗਤਾਉਣ। ਇਹ ਫੰਡਾਂ ਦੀ ਜਿਹੜੀ ਹੇਰਾਫੇਰੀ ਹੈ ਜਾਂ ਫੰਡਾਂ ਦੀ ਗਲਤ ਵਰਤੋਂ ਆ, ਉਹਦੇ ਨਾਲ ਹੀ ਜਿਹੜੇ ਪੰਜਾਬ ਦੇ ਅਸਾਸੇ ਨੇ, ਭਾਵੇਂ ਉਹ ਰੇਤਾ ਬਜਰੀ ਹੋਵੇ ਭਾਵੇਂ ਉਹ ਹੋਵੇ, ਇਹਦੇ 'ਤੇ ਬਹੁਤ ਗੱਲਾਂ ਹੋਈਆਂ। ਇਹਨੂੰ ਅਸੀਂ ਵਾਰ ਵਾਰ ਨਹੀਂ ਕਰਾਂਗੇ ਇਹਨਾਂ ਗੱਲਾਂ ਨੂੰ, ਅਤੇ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸਦਾ ਕਿ ਐੱਸ ਵਾਈ ਐੱਲ ਬਾਰੇ ਜਦੋਂ 1977 ਤੋਂ ਲੈ ਕੇ 1980 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਸੀ, ਉਸ ਦੇ ਦੌਰਾਨ ਉਹਨਾਂ ਨੇ ਹਰਿਆਣਾ ਦੇ ਉਸ ਵੇਲੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਕੋਲੋਂ ਜਿਹੜਾ ਸ਼ੁਰੂਆਤ ਦੇ ਤੌਰ ਦੇ ਉੱਤੇ SYL ਨੂੰ ਸ਼ੁਰੂਆਤ ਕਰਨ ਲਈ, ਉਹਨੂੰ ਪੁੱਟਣ ਦੇ ਲਈ 2 ਕਰੋੜ ਦਾ ਪਹਿਲਾ ਚੈੱਕ ਹਾਸਿਲ ਕੀਤਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਨੇ ਹਾਸਿਲ ਕੀਤਾ ਸੀ। ਇਹਦੇ ਨਾਲ ਹੀ 1978 ਦੇ ਵਿੱਚ ਜਿਹੜੀ ਮੁੱਖ ਘਟਨਾ ਹੋਈ ਵਿਸਾਖੀ ਦੇ ਦੌਰਾਨ ਅੰਮ੍ਰਿਤਸਰ 'ਚ ਨਕਲੀ ਨਿਰੰਕਾਰੀਆਂ ਵੱਲੋਂ ਗੋਲੀਆਂ ਚਲਾਉਣ ਦੀ ਜਿਹੜੀ ਘਟਨਾ ਸਾਰੇ ਜਾਣਦੇ ਨੇ, ਉਹਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਉੱਥੇ ਅੰਮ੍ਰਿਤਸਰ ਦੇ ਵਿੱਚ, ਅਤੇ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਨੂੰ ਬਚਾ ਕੇ ਦਿੱਲੀ ਲੈ ਕੇ ਜਾਣਾ, ਇਹ ਉਹਦੇ 'ਤੇ ਜ਼ਿੰਮੇਵਾਰੀ ਬਣਦੀ ਹੈ। ਅਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਹਾਲਾਤ ਕਿਸ ਤਰੀਕੇ ਨਾਲ ਖਰਾਬ ਹੋਏ, ਲੱਖਾਂ ਜਾਨਾਂ ਗਈਆਂ, ਬਹੁਤ ਸਾਰਾ ਖੂਨ ਖਰਾਬਾ ਹੋਇਆ, ਅਤੇ ਇਹਦੇ ਲਈ ਜ਼ਿੰਮੇਵਾਰੀ ਜਿਹੜੀ ਹੈ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹੀ ਬਣਦੀ ਹੈ। ਇਹਦੇ ਬਾਅਦ 1984 ਦੇ ਵਿੱਚ, ਜੂਨ 1984 ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ, ਅਤੇ ਆਪਾਂ 31,000 ਕਰੋੜ 'ਤੇ ਆਵਾਂਗੇ, ਪਹਿਲਾਂ ਇਹ 3-4 ਗੱਲਾਂ ਦੱਸਣੀਆਂ ਅਤੇ ਫਿਰ ਆਪਾਂ ਗੱਲ ਕਰਦੇ ਹਾਂ। ਸੋ 1984 ਦੇ ਵਿੱਚ, ਜੂਨ 1984 ਦੇ ਵਿੱਚ 10 ਜੂਨ ਦੀ ਘਟਨਾ ਹੈਗੀ ਆ ਚੰਡੀਗੜ੍ਹ ਦੇ। ਚੰਡੀਗੜ੍ਹ ਦੇ ਵਿੱਚ ਆਲ ਇੰਡੀਆ ਰੇਡੀਓ ਨੂੰ ਇੱਕ ਇੰਟਰਵਿਊ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸਟੇਟਮੈਂਟ ਦਿੰਦੇ ਹੋਏ ਭਾਰਤ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਸਿੱਖ ਫੌਜੀਆਂ ਨੂੰ ਉਤੇਜਿਤ ਕੀਤਾ, ਭੜਕਾਇਆ ਉਹਨਾਂ ਨੂੰ ਅਤੇ ਉਹਨਾਂ ਨੂੰ ਬਗਾਵਤ ਕਰਨ ਦੇ ਲਈ ਉਕਸਾਇਆ, ਅਤੇ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਅਤੇ ਉਹਨਾਂ ਨੇ ਆਪਣੀ ਨੌਕਰੀ ਤੋਂ ਹੱਥ ਧੋਤੇ, ਅਤੇ ਅੱਜ ਉਹਨਾਂ ਦੇ ਪਰਿਵਾਰ ਗੁਰਬਤ ਦੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਨੇ। ਅਤੇ ਇਹਨੂੰ ਜੇ ਹੋਰ ਆਪਾਂ ਡੂੰਘਾਈ ਦੇ ਨਾਲ ਮਾਪੀ ਕਦੇ ਫੇਰ ਗੱਲ ਕਰਾਂਗੇ, ਅਤੇ ਫਿਲਹਾਲ ਆਪਾਂ ਗੱਲਬਾਤ ਕਰਦੇ ਹਾਂ ਕਿ 1996 ਦੀ ਗੱਲ ਹੈ, 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 1996 ਦੇ ਵਿੱਚ ਅਜੀਤ ਅਖਬਾਰ ਦੇ ਜਿਹੜੇ ਸੰਪਾਦਕ ਸਨ ਬਰਜਿੰਦਰ ਸਿੰਘ ਹਮਦਰਦ, ਉਹਨਾਂ ਦੀ ਵਿਚੋਲਗੀ ਦੇ ਨਾਲ ਪੰਜਾਬ ਦੇ ਜਿੰਨੇ ਵੀ ਦਾਗੀ ਪੁਲਿਸ ਅਫਸਰ ਨੇ, ਖਾਸ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਜਿਹੜੇ ਮੰਨੇ ਜਾਂਦੇ ਨੇ, ਜਿਨ੍ਹਾਂ 'ਤੇ ਕਥਿਤ ਤੌਰ 'ਤੇ ਦੋਸ਼ ਲੱਗਦੇ ਨੇ, ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਪੰਜਾਬ ਆਰਮਡ ਪੁਲਿਸ ਕੰਪਲੈਕਸ ਜਲੰਧਰ ਦੇ ਉਸ ਇਮਾਰਤ ਦੇ ਵਿੱਚ ਮੀਟਿੰਗ ਕਰਵਾਈ ਜਾਂਦੀ ਹੈ, ਮੀਟਿੰਗ ਹੁੰਦੀ ਹੈ, ਅਤੇ ਉਸ ਮੀਟਿੰਗ ਦੇ ਵਿੱਚ ਬਾਦਲ ਉਹਨਾਂ ਨੂੰ ਇਹ ਭਰੋਸਾ ਦਿੰਦੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਮੇਰਾ ਸਾਥ ਦਿਓ, ਅਤੇ ਮੈਂ ਜਿਹੜੇ ਅਤੇ ਤੁਹਾਡੇ ਜਿਹੜੇ ਤੁਹਾਡੇ ਉੱਤੇ ਕੇਸ ਬਣਦੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ, ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਵਕੀਲ ਹੈ ਜਿਹੜਾ, ਅਤੇ ਉਹ ਜਿਹੜਾ ਵਕੀਲ ਹੈ ਉਹਦਾ ਖਰਚਾ, ਅਤੇ ਕੋਸ਼ਿਸ਼ ਇਹ ਹੋਏਗੀ ਕਿ ਜਿਹੜਾ ਬਰਨਾਲਾ ਸਰਕਾਰ ਵੱਲੋਂ ਜਿਹੜਾ ਪੀਪਲ ਕਮਿਸ਼ਨ ਬਣਾਇਆ ਗਿਆ ਅਤੇ ਉਹਨੂੰ ਭੰਗ ਕਰਨ ਦੀ ਉੱਥੇ ਸਹਿਮਤੀ ਦਿੱਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ। ਹੋਰ ਬਹੁਤ ਸਾਰੀਆਂ ਅਸੀਂ ਗੱਲਾਂ ਦੇਖੀਏ, ਅਤੇ ਸਿਹਤ, ਸਿੱਖਿਆ ਅਤੇ ਨੌਕਰੀ, ਇਹ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਨੇ ਆਮ ਲੋਕਾਂ ਦੀਆਂ, ਕੋਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਕੋਈ ਕਾਂਗਰਸ ਦੀ ਸਰਕਾਰ ਹੋਵੇ, ਜਾਂ ਅਕਾਲੀ ਦਲ ਦੀ ਸਰਕਾਰ ਹੋਵੇ, ਜਾਂ ਕੋਈ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ, ਬੁਨਿਆਦੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਉਹ ਆਪਣੇ ਲੋਕਾਂ ਨੂੰ, ਆਪਣੀ ਪ੍ਰਜਾ ਨੂੰ ਨੌਕਰੀਆਂ, ਸਿੱਖਿਆ ਅਤੇ ਸਿਹਤ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਮੁਹੱਈਆ ਕਰਾਵੇ ਅਤੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੇ। ਪਰ ਕੀ ਬਾਦਲ ਸਰਕਾਰ ਜਾਂ ਹੁਣ ਦੀ ਜਿਹੜੀ ਭਾਵੇਂ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ
ਜਾਂ ਪਿਛਲੀਆਂ ਸਰਕਾਰਾਂ ਹੋਈਆਂ ਨੇ ਕਿ ਉਹਨਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਮੁਹੱਈਆ ਕਰਵਾਇਆ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਵਾਪਸ ਆਉਂਦੇ ਹਾਂ ਅਸਲ ਮੁੱਦੇ ਦੇ ਉੱਤੇ। 31,000 ਕਰੋੜ ਰੁਪਈਆ, ਇਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਇੱਕ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਜਿਹੜੇ ਕਾਲਰ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ, ਅਤੇ ਉਸ ਤੋਂ ਪਹਿਲਾਂ ਅਸੀਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਖਾਸ ਮਹਿਮਾਨ ਨੇ ਇੰਦਰਜੀਤ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ, ਅਤੇ ਉਸ ਤੋਂ ਪਹਿਲਾਂ ਅਸੀਂ ਬ੍ਰੇਕ ਲੈਂਦੇ ਹਾਂ। ਇੱਥੇ ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੇ ਹਾਂ, ਗੱਲਬਾਤ ਕਰਾਂਗੇ 31,000 ਕਰੋੜ ਰੁਪਏ ਦੀ। ਸਵਾਗਤ ਹੈ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਇੱਕ ਵਾਰ ਮੁੜ ਕੇ। ਮੈਂ ਅਜੀਜ਼, ਤੁਹਾਡਾ ਸੁਰਿੰਦਰ ਸਿੰਘ ਹਾਜ਼ਰ ਹਾਂ। ਅਸੀਂ ਗੱਲ ਕਰ ਰਹੇ ਹਾਂ ਬਾਦਲ ਸਰਕਾਰ ਵੱਲੋਂ, ਸਾਬਕਾ ਬਾਦਲ ਸਰਕਾਰ, ਪਿਛਲੀ ਬਾਦਲ ਸਰਕਾਰ ਵੱਲੋਂ ਚੋਣ ਨਤੀਜਿਆਂ ਤੋਂ ਸਿਰਫ ਇੱਕ ਦਿਨ ਪਹਿਲਾਂ 31,000 ਕਰੋੜ ਰੁਪਈਆ ਕੇਂਦਰ ਦੀ ਝੋਲੀ ਦੇ ਵਿੱਚ ਸੁੱਟ ਦੇਣਾ। ਇਹ ਇੱਕ ਬਹੁਤ ਵੱਡਾ ਮੁੱਦਾ ਸਾਹਮਣੇ ਹੁਣ ਆਇਆ, 3 ਸਾਲ ਪੁਰਾਣਾ ਮੁੱਦਾ, ਪਰ ਜਦੋਂ ਗੱਲ ਸਾਹਮਣੇ ਆਉਂਦੀ ਹੈ ਤਾਂ ਉਦੋਂ ਹੀ ਅਸੀਂ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਹੋਲਡ ਕਰਿਓ ਜੀ ਜਰਾ, ਅਤੇ ਉਦੋਂ ਹੀ ਅਸੀਂ ਗੱਲ ਕਰਦੇ ਹਾਂ। ਅਤੇ ਸਾਡੇ ਨਾਲ ਇੱਕ ਵਿਸ਼ੇਸ਼ ਜਿਹੜੇ ਸਾਡੇ ਮਾਹਿਰ ਨੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਬਾਰੇ, ਇੰਦਰਜੀਤ ਸਿੰਘ ਗਰੇਵਾਲ, ਅਸੀਂ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ ਕਿ ਇਹ ਜਿਹੜੀ ਗੱਲ ਹੈ ਆਖਿਰ ਹੈ ਕੀ ਹੈ। ਹੈਲੋ ਇੰਦਰਜੀਤ, ਸਤਿ ਸ਼੍ਰੀ ਅਕਾਲ ਜੀ ਇੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਵਿਸ਼ੇਸ਼ ਸ਼ੋ ਅੱਜ ਦਾ ਮੁੱਦਾ ਦੇ ਵਿੱਚ। 31,000 ਕਰੋੜ ਰੁਪਏ ਦੇ ਵਿੱਚ ਇੱਕ ਆਪਸ਼ਨ ਸੀ ਕਿ ਜਿਹੜੀ ਪੰਜਾਬ ਸਰਕਾਰ ਹੈ ਜਾਂ ਉਹ ਉਸ ਵੇਲੇ ਬਾਦਲ ਸਰਕਾਰ ਸੀ, ਉਹ ਕਿਸ਼ਤਾਂ ਦੇ ਵਿੱਚ ਦੇ ਸਕਦੀ ਸੀ, ਅਤੇ ਉਹਦੇ 'ਚੋਂ 10,500 ਕਰੋੜ ਰੁਪਈਆ ਜਿਹੜਾ ਹੈ ਉਸਨੂੰ ਉਹ ਕੇਂਦਰ ਸਰਕਾਰ ਦੀ ਇੱਕ ਸਕੀਮ ਹੈ ਉਹ ਮਾਫ਼ ਵੀ ਕਰ ਸਕਦੀ ਸੀ। ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਬਹੁਤ ਹੀ ਗੰਭੀਰ ਮੁੱਦਾ ਜੀ। ਇੱਥੇ ਕਈ ਪਿਛਲੇ ਦਿਨਾਂ ਦੇ ਵਿੱਚ ਇੱਕ ਬਲੇਮ ਵੀ ਆਇਆ ਕਿ ਜੀ ਮਨਪ੍ਰੀਤ ਬਾਦਲ ਸਲਾਨਾ ਤਿੰਕਾ, ਸੋ ਸਾਨੂੰ ਉਸਦੀ ਪਰਸਨੈਲਿਟੀ ਤੋਂ ਉੱਪਰ ਉੱਠ ਕੇ ਇਸ ਪਾਰਟੀਕੁਲਰ ਇਸ਼ੂ ਦੇ ਉੱਤੇ ਸੋਚਣਾ ਚਾਹੀਦਾ। ਬਿਲਕੁਲ, ਔਰ ਇਹ ਮਤਲਬ ਤੁਸੀਂ ਉਸ ਸਰਕਾਰ ਦੀ ਕਾਰਜਗਾਰੀ ਦੇਖੋ, ਉਹ ਲੋਕ ਜਿਹੜੇ ਕਿ ਪੰਥ ਤੇ ਪੰਜਾਬ ਦੇ ਹਮਾਇਤੀ ਕਹਿੰਦੇ ਨੇ ਆਪਣੇ ਆਪ ਨੂੰ, ਤੇ ਇਸੇ ਵਿਸ਼ੇ ਦੇ ਉੱਤੇ ਉਹ ਚੋਣਾਂ ਜਿੱਤਦੇ ਰਹੇ ਨੇ ਤੇ ਔਰ ਰਾਜ ਸਰਕਾਰਾਂ ਮਾਣਦੇ ਰਹੇ ਨੇ, ਔਰ ਮੁੱਖ ਮੰਤਰੀ ਦੇ ਅਹੁਦੇ ਤੱਕ ਉਹ 5 ਵਾਰੀ ਰਹਿ ਚੁੱਕੇ ਨੇ ਜੀ, ਤੇ ਉਹ ਪੰਜਾਬ ਦਾ ਕਿਵੇਂ ਲਹੂ ਚੂਸ ਰਹੇ ਨੇ, ਔਰ ਉਹ ਇਸ ਕਰਕੇ ਚੂਸ ਰਹੇ ਨੇ ਕਿ ਤਾਂ ਕਿ ਉਹ ਫਿਊਚਰ ਦੇ ਵਿੱਚ ਫਿਰ ਮੁੜ ਕੇ ਰਾਜ ਸੱਤਾ ਨੂੰ ਸਾਂਭ ਸਕਣ। ਸਵਾਲ ਇਹ ਬਣਦਾ ਇੰਦਰਜੀਤ ਜੀ, 31,000 ਕਰੋੜ ਰੁਪਏ ਦਾ ਘਪਲਾ ਹੋ ਗਿਆ ਇੱਕ ਤਰ੍ਹਾਂ ਦਾ, ਇਹ FCI ਦਾ ਘਪਲਾ ਸੀਗਾ ਉਸ ਵੇਲੇ ਵੀ, ਥੋੜ੍ਹੀ ਜਿਹੀ ਇਹਦੇ ਬਾਰੇ ਖਬਰਾਂ ਨਿਕਲੀਆਂ ਸਨ, ਕਨਸੂਆਂ ਨਿਕਲੀਆਂ ਸਨ। ਇਹ 31,000 ਕਰੋੜ ਰੁਪਏ ਦਾ ਮੁੱਦਾ ਕੀ ਪੰਜਾਬ ਦੀ ਮੌਜੂਦਾ ਸਿਆਸਤ 'ਤੇ ਕੋਈ ਅਸਰ ਪਾਏਗਾ? ਬਾਦਲਾਂ ਦੀ ਜਿਹੜੀ ਇਮੇਜ ਹੈ ਉਹ ਜਿਹੜੀ ਪਹਿਲਾਂ ਹੀ ਗੰਧਲੀ ਹੋ ਚੁੱਕੀ ਹੈ, ਉਹਦੇ 'ਤੇ ਹੋਰ ਕੋਈ ਅਸਰ ਪਾਏਗਾ? ਇਹ ਸਵਾਲ ਹੈ ਇੱਕ। ਇਸ ਦੇ ਦੋ ਪੱਖ ਨੇ ਜੀ। ਜੀ, ਪਹਿਲਾ ਪੱਖ ਹਾਂ ਪਾਏਗਾ ਜੀ, ਕਿਉਂਕਿ ਜਿਸ ਢੰਗ ਨਾਲ ਮਨਪ੍ਰੀਤ ਨੇ ਐਕਸਪਲੇਨ ਕੀਤਾ ਕਿ ਜਿਹੜਾ ਵਿਆਜ ਦਿੱਤਾ ਗਿਆ 10,000 ਕਰੋੜ ਦਾ, ਉਸ ਦੇ ਨਾਲ ਹੀ ਕਿੰਨਾ ਕੁਛ ਪੰਜਾਬ 'ਚ ਕੀਤਾ ਜਾ ਸਕਦਾ ਸੀ। ਬਿਲਕੁਲ। ਦੂਜਾ ਇਹ ਕਿ ਬਾਦਲ ਸਰਕਾਰ ਜੋ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਕਹਿੰਦੇ ਰਹੇ ਨੇ, ਅਸਲ ਦੇ ਵਿੱਚ ਇਹ ਤਾਂ ਪੰਜਾਬ ਵਿਰੋਧੀ ਨੇ ਜੀ। ਸੋ ਇਹ ਸਾਬਤ ਹੁੰਦਾ ਜਦੋਂ ਉਹ ਪੰਜਾਬ ਵਿਰੋਧੀ ਨੇ ਤਾਂ ਜਦੋਂ ਚੋਣਾਂ ਦੇ ਵਿੱਚ ਜਾਣਗੇ ਕਿਸ ਮੂੰਹ ਦੇ ਨਾਲ ਜਾਣਗੇ ਤੇ ਇਹਨਾਂ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਢੰਗ ਨਾਲ ਦੇਣਗੇ ਜੀ। ਸੋ ਉਹਨਾਂ ਦੇ ਕਿਰਦਾਰ ਦੇ ਉੱਤੇ, ਉਹਨਾਂ ਦੇ ਪੋਲੀਟੀਕਲ ਫਿਊਚਰ ਦੇ ਉੱਤੇ ਇਹ ਇੱਕ ਵੱਡਾ ਸਵਾਲ ਹੋਏਗਾ ਜਿਸ ਨੂੰ ਕਿ ਸ਼ਾਇਦ ਉਹ ਹੈਂਡਲ ਨਹੀਂ ਕਰ ਸਕਣਗੇ। ਜਿਹੜੀ ਨਵੀਂ ਰਾਜਨੀਤਿਕ ਸਫਬੰਦੀ ਹੋਈ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਪਰਮਿੰਦਰ ਢੀਂਡਸਾ ਨੂੰ ਉਭਾਰਿਆ ਜਾਣਾ, ਟਕਸਾਲੀ ਅਕਾਲੀ ਦਲ ਨੂੰ ਅੱਗੇ ਆਉਣਾ, ਕੀ ਇਹ ਇੱਕ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਮਨਪ੍ਰੀਤ ਦੇ ਮਨਪ੍ਰੀਤ ਸਿੰਘ ਬਾਦਲ ਦੇ ਬਿਆਨ ਨੂੰ ਤੁਸੀਂ ਦੇਖਦੇ ਹੋ ਕਿ ਬਿਲਕੁਲ ਉਸੇ ਸਮੇਂ ਹੀ ਬਿਆਨ ਦਿੱਤਾ ਜਾਣਾ ਜਦੋਂ ਪਹਿਲਾਂ ਹੀ 0 ਹੋ ਰਹੇ ਬਾਦਲਾਂ ਨੂੰ ਹੋਰ ਨੁਕਸਾਨ ਪਹੁੰਚੇ? ਨਹੀਂ ਨਹੀਂ ਜੀ, ਮੈਂ ਇਸ ਦਾ ਮੈਂ ਤੁਹਾਨੂੰ ਆਖਿਆ ਸੀ ਕਿ ਦੋ ਪੱਖ ਨੇ, ਪਹਿਲਾ ਪੱਖ ਬਿਲਕੁਲ ਬਾਦਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਜੀ, ਦੂਜਾ ਪੱਖ ਜਦੋਂ ਇਹ ਘਪਲਾ ਹੋ ਰਿਹਾ ਸੀ ਜਾਂ ਜਦੋਂ ਵੀ ਇਹ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਸੀ ਜੀ, ਉਸ ਮੌਕੇ ਵਿੱਤ ਮੰਤਰੀ ਕੌਣ ਸੀ?
ਬਿਲਕੁਲ ਸੋ ਉਸ ਟਾਈਮ ਦੇ ਸਮਝ ਇੱਕ ਗਏ, ਮੰਤਰੀ ਸੀਗੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਬਿਲਕੁਲ ਬਿਲਕੁਲ, ਤੇ ਮਤਲਬ ਕਿਤੇ ਮੰਤਰੀ ਕਿਤੇ ਤੋਂ ਇੱਕ ਤੀਰ ਨਾਲ ਦੋ ਨਿਸ਼ਾਨੇ ਸੁੱਟਣ ਵਾਲੀ ਗੱਲ ਹੋ ਗਈ ਹੈ। ਨਹੀਂ, ਇੱਕ ਤੀਰ ਨਾਲ ਦੋ ਨਿਸ਼ਾਨੇ ਵੀ ਹੋ ਸਕਦੇ ਨੇ, ਦੂਜਾ ਇੱਥੇ ਮਨਪ੍ਰੀਤ ਦੀ ਜਿਹੜੀ ਪਰਸਨੈਲਿਟੀ ਆ ਉਹ ਡਿਸਕਸ ਕਰਨੀ ਬਣਦੀ ਆ। ਜੀ ਮਨਪ੍ਰੀਤ ਬੇਸ਼ੱਕ ਉਸਦੇ ਆਪਣੇ ਤਾਇਆ ਜੀ ਨਾਲ ਤੇ ਆਪਣੇ ਸੁਖਬੀਰ ਬਾਦਲ ਨਾਲ ਉਸਦੇ ਡਿਫਰੈਂਸਿਸ ਰਹੇ ਨੇ, ਪਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਕਿ ਮਨਪ੍ਰੀਤ ਬਾਦਲ ਉਹਨਾਂ ਦੀ ਅੰਦਰੂਨੀ ਤੌਰ ਤੇ ਮਦਦ ਕਰਦੇ ਰਹੇ। ਜੀ 2012 ਦੀਆਂ ਚੋਣਾਂ ਜੇ ਮਨਪ੍ਰੀਤ ਸਿੰਘ ਬਾਦਲ ਆਪਣੀ ਪਾਰਟੀ ਨਾ ਲਾਂਚ ਕਰਦੇ ਤਾਂ ਸ਼ਾਇਦ ਉਹ ਸਰਕਾਰ ਨਹੀਂ ਸੀ ਬਣਾ ਸਕਦੇ। ਬਿਲਕੁਲ, ਸੋ ਮਨਪ੍ਰੀਤ ਨੇ ਉਹਨਾਂ ਦੀ ਮਦਦ ਹੀ ਕੀਤੀ, ਅਕਾਲੀ ਦਲ ਦੀ, ਅਕਾਲੀ ਦਲ ਦੀ ਜਾਂ ਬਾਦਲ ਪਰਿਵਾਰ ਦੀ ਕਿਸੇ ਵੀ ਕਹਿ ਲਓ। ਬਿਲਕੁਲ ਦੇਖਿਆ ਅਸੀਂ, ਅੱਗੇ ਟਿੱਪਣੀਆਂ ਕੀਤੀਆਂ ਨੇ ਇਸ ਕੀਤੀਆਂ ਵਿਸ਼ੇ ਦੇ ਨੇ ਉੱਤੇ। ਹਾਂ ਇਸ ਵਿਸ਼ੇ ਦੇ ਉੱਤੇ ਜੀ। ਫਿਰ 2014 ਦੀਆਂ ਚੋਣਾਂ ਜਿਹੜੀ ਇੱਥੇ ਕਿ ਮਨਪ੍ਰੀਤ ਬਾਦਲ ਤੇ ਸ਼ਾਇਦ ਹਰਸਿਮਰਤ ਬਾਦਲ ਆਮੋ ਸਾਹਮਣੇ ਸੀ। ਬਿਲਕੁਲ ਸਪਸ਼ਟ ਹੈ, ਹੁਣ ਤੁਸੀਂ ਸਿੱਧੀ ਗੱਲ ਕਰ ਦਿੱਤੀ ਹੈ ਨਾ। ਬਿਲਕੁਲ ਹਾਂਜੀ, ਉਹਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਲੈਣ ਕੁਛ ਮਤਲਬ ਬੜੀਆਂ ਲੈਣ ਦੇਣ ਹੋਇਆ ਸੀ, ਕਨਸੋਆਂ ਬਾਹਰ ਆਈਆਂ ਨੇ, ਲੈਣ ਬਠਿੰਡਾ ਦੇਣ ਸੀਟ ਤੋਂ। ਹੋਇਆ। ਹਾਂ ਬਿਲਕੁਲ, ਸੋ ਕਿਤੇ ਇਸ ਟਾਈਮ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਅਕਾਲੀ ਦਲ ਟਕਸਾਲੀ ਡੋਮੀਨੇਟ ਕਰ ਰਿਹਾ ਜਾਂ ਉਹ ਅੱਗੇ ਵੱਧ ਰਹੇ ਨੇ, ਬਾਦਲ ਪਰਿਵਾਰ ਪਿੱਛੇ ਜਾ ਰਿਹਾ, ਕਿਤੇ ਫਿਰ ਮਨਪ੍ਰੀਤ ਬਾਦਲ ਆਪਣੇ ਤਾਇਆ ਜੀ ਦੀ ਮਦਦ ਕਰਨ ਤਾਂ ਨਹੀਂ ਉਤਰਿਆ ਆ, ਪਰਮਿੰਦਰ ਸਿੰਘ ਢੀਂਡਸਾ ਤੇ ਹਮਲਾ ਕਰਕੇ। ਪਰਮਿੰਦਰ ਸਿੰਘ ਢੀਂਡਸਾ ਤੇ ਹਮਲਾ ਕਰਕੇ, ਵਾਹ ਬਿਲਕੁਲ। ਸੋ ਇਹ ਪੱਖ ਵੀ ਦੇਖਣਾ ਬਣਦਾ, ਬਿਲਕੁਲ ਬਿਲਕੁਲ ਈਵਨ ਕਿਉਂਕਿ 3 ਸਾਲ ਉਹ ਬੋਲਿਆ ਨੀ। ਢੀਂਡਸਾ ਪਰਿਵਾਰ ਤੇ ਬਾਕੀ ਅਕਾਲੀ ਬਾਹਰ ਆਉਂਦੇ ਨੇ, ਉਹ ਆਰਗੇਨਾਈਜ਼ ਹੁੰਦੇ ਨੇ, ਉਹਨਾਂ ਨੇ ਇੱਕ ਨਵੇਂ ਆਪਣੇ ਪ੍ਰੋਗਰਾਮ ਲੈ ਕੇ ਲੋਕਾਂ 'ਚ ਵਿਚਰ ਰਹੇ ਨੇ, ਔਰ ਲੋਕਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਸੁਣਿਆ ਜਾ ਰਿਹਾ, ਆਮ ਸਿੱਖਾਂ ਦੇ ਵਿੱਚ ਉਹਨਾਂ ਦੀ ਚਰਚਾ ਜ਼ਿਆਦਾ ਹੋ ਰਹੀ ਆ ਜੀ ਜੀ ਸੁਖਬੀਰ ਬਾਦਲ ਦੇ ਮੁਕਾਬਲੇ। ਤੇ ਸੋ ਸ਼ਾਇਦ ਤੁਹਾਨੂੰ ਇਹ ਹਾਂਜੀ ਲੱਗਦਾ ਹੈ ਕਿ ਜਿਹੜਾ 31,000 ਕਰੋੜ ਰੁਪਏ ਦਾ ਨਜ਼ਲਾ ਉਹ ਬਾਦਲਾਂ ਤੇ ਨਾ ਡਿੱਗ ਕੇ ਪਰਮਿੰਦਰ ਸਿੰਘ ਢੀਂਡਸਾ ਤੇ ਡਿੱਗੇਗਾ? ਢੀਂਡਸਾ ਤੇ ਡਿੱਗ ਸਕਦਾ ਜੇ ਡਿੱਗੇਗਾ, ਕਿਉਂਕਿ ਖਜ਼ਾਨਾ ਮੰਤਰੀ ਉਹ ਸਨ। ਕਿਉਂਕਿ ਖਜ਼ਾਨਾ ਮੰਤਰੀ ਉਹ ਸਨ। ਤੇ ਇਹਦੇ ਤੋਂ ਕੋਈ ਰਾਹ ਤੁਹਾਨੂੰ ਦਿਖਦਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਖਾਸ ਕਰਕੇ ਸਿੱਖ ਜਥੇਬੰਦੀਆਂ ਨੇ, ਪੰਜਾਬ ਹਿਤੈਸ਼ੀ ਪਾਰਟੀਆਂ ਨੇ, ਸੁਖਪਾਲ ਸਿੰਘ ਖਹਿਰਾ ਜਾਂ ਕਾਂਗਰਸ ਪਾਰਟੀ ਹੈ, ਕੀ ਉਹ ਬਾਦਲਾਂ ਨੂੰ ਇਸ ਮੁੱਦੇ ਤੇ ਘੇਰਨ ਕਿਸੇ ਤਰੀਕੇ ਨਾਲ? ਕੋਈ ਇਦਾਂ ਦੀ ਸਫਬੰਦੀ ਹੋ ਸਕਦੀ ਆਉਣ ਵਾਲੇ ਸਮੇਂ 'ਚ? ਉਹ ਤਾਂ ਦੇਖੋ ਵੇਟ ਐਂਡ ਵਾਚ ਦੀ ਪਾਲਿਸੀ ਦੇ ਉੱਤੇ ਚੱਲਣਗੇ, ਠੀਕ ਹੈ ਨੀ, ਕਿਉਂਕਿ ਜਿਹੜੇ ਇਹਨਾਂ ਗਰੁੱਪਸ ਵੱਲੋਂ ਬਿਆਨ ਆ ਰਹੇ ਨੇ ਜਾਂ ਉਹ ਦੇਖ ਰਹੇ ਨੇ, ਉਹ ਦੇਖ ਰਹੇ ਨੇ ਕਿ ਨਵਜੋਤ ਸਿੱਧੂ ਕੀ ਰਾਹ ਅਖਤਿਆਰ ਕਰਦਾ। ਜੀ ਨਵਜੋਤ ਸਿੱਧੂ ਕਾਂਗਰਸ ਦੇ ਵਿੱਚ ਰਹਿ ਕੇ ਹੀ ਅੱਗੇ ਵਧਣਾ ਚਾਹੁੰਦਾ ਜਾਂ ਉਹ ਕਾਂਗਰਸ ਤੋਂ ਬਾਹਰ ਆ ਕੇ ਆਪਣੀ ਕੋਈ ਹੋਰ ਪਾਰਟੀ ਲਾਂਚ ਕਰਦਾ, ਜੇ ਉਹ ਹੋਰ ਪਾਰਟੀ ਲਾਂਚ ਕਰਦਾ ਤਾਂ ਕੀ ਉਹ ਟਕਸਾਲੀ ਅਕਾਲੀਆਂ ਦੇ ਵਿੱਚ ਵੀ ਜਾ ਸਕਦਾ ਜਾਂ ਇੱਕ ਆਪਣੀ ਇੰਡੀਪੈਂਡੈਂਟ ਪਾਰਟੀ ਬਣਾਉਂਦਾ? ਸੋ ਇਹ ਲੋਕ ਤਾਂ ਇਸ ਟਾਈਮ ਵੇਟ ਐਂਡ ਵਾਚ ਕਰਨਗੇ ਤੇ ਮਾੜੇ ਮੋਟੇ ਆਪਣੇ ਬਿਆਨ ਜਿਹੜੇ ਨੇ ਜੋ ਕਿ ਪ੍ਰੈਸ ਦੇ ਵਿੱਚ ਰਹਿਣ ਵਾਸਤੇ ਦੇਣੇ ਪੈਂਦੇ ਨੇ ਉਹ ਦਿੰਦੇ ਰਹੇ ਨੇ। ਬਿਲਕੁਲ ਬਿਲਕੁਲ, ਠੀਕ ਹੈ ਨੀ। ਸੋ ਉਹ ਬਿਆਨ ਡੈਫੀਨੇਟਲੀ ਉਹ ਬਾਦਲਾਂ ਦੇ ਅਗੇਂਸਟ ਵੀ ਦੇਣਗੇ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ ਕਿ ਸਰਦਾਰ ਪਰਮਿੰਦਰ ਢੀਂਡਸਾ ਦੇ ਅਗੇਂਸਟ ਵੀ ਇਹ ਬਿਆਨ ਆਉਣੇ ਸ਼ੁਰੂ ਹੋ ਜਾਣ। ਬਾਦਲਾਂ ਦੀ ਵਿਰੋਧ ਤਾਂ ਸੁਭਾਵਿਕ ਹੈ, ਹੋਣੀ ਸੀ, ਉਹ ਹੁੰਦੀ ਰਹਿਣੀ ਹੈ, ਕਿਉਂਕਿ ਪੰਜਾਬ ਦਾ ਨੁਕਸਾਨ ਕਾਫੀ ਹੋਇਆ। ਪਰ ਕਿਸੇ ਨੂੰ ਚਿੱਤ ਚੇਤਾ ਨਹੀਂ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਖਿਲਾਫ ਵੀ ਕੋਈ ਜਿਹੜਾ ਹੈ ਕੋਈ ਪੁੜੀ ਰੱਖੀ ਹੋਈ ਹੈ ਵਿਰੋਧੀ ਖੇਮੇ ਨੇ, ਪੁੜੀ ਰੱਖੀ ਹੋਈ ਆ। ਤੇ ਹਾਂਜੀ, ਮੈਨੂੰ ਲੱਗਦਾ ਕਿ ਜਿੰਨੇ ਵੀ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਦੀ ਸਿਸਟਮ ਨੇ ਜਾਂ ਵਿਰੋਧੀ ਪਾਰਟੀਆਂ ਨੇ ਕੋਈ ਨਾ ਕੋਈ ਉਹ ਕੋਈ ਜਾਂ ਮਿੱਠੇ ਦੀ ਪੁੜੀ ਲੈ ਲਓ ਜਾਂ ਕੋਈ ਜ਼ਹਿਰ ਦੀ ਪੁੜੀ ਲੈ ਲਓ, ਕੁਛ ਨਾ ਕੁਛ ਰੱਖਿਆ ਹੋ ਸਕਦਾ ਉਹਨਾਂ ਨੂੰ ਬਿਲਕੁਲ ਕੰਟਰੋਲ 'ਚ ਰੱਖਿਆ ਕਰਨ ਲਈ। ਹੁੰਦਾ ਜੀ, ਮਤਲਬ ਸਿਆਸਤ ਹੀ ਇਸ ਚੀਜ਼ ਦਾ ਨਾਂ ਆ ਕਿ ਆਪਣੇ ਵਿਰੋਧੀ ਨੂੰ ਕਿਵੇਂ ਸੁੰਡਣਾ, ਆਪਣੇ ਤੀਰ ਉਹਨਾਂ ਨੇ ਰੱਖੇ ਹੁੰਦੇ ਨੇ ਤੇ ਕਦੋਂ ਚਲਾਉਣੇ ਨੇ ਕਿਵੇਂ ਚਲਾਉਣੇ ਨੇ, ਔਰ ਮਤਲਬ 3 ਸਾਲ ਚੁੱਪ ਰਹਿਣਾ ਇਹ ਤੇ ਬਹੁਤ ਸਡਨਲੀ ਇਹ ਵੱਡਾ ਬਿਆਨ ਸਵਾਲ ਹੈ। ਅਸੈਂਬਲੀ 'ਚ ਦੇ ਦੇਣਾ, ਠੀਕ ਆ, ਔਰ ਇਹ ਦੇਣਾ ਉਦੋਂ ਜਦੋਂ ਕਿ ਢੀਂਡਸਾ ਪਰਿਵਾਰ ਅਕਾਲੀ ਦਲ 'ਚੋਂ ਬਾਹਰ ਆ ਗਏ ਜੀ ਜੀ ਉਹਨਾਂ ਨੇ ਇੱਕ ਬਹਿਦਾ ਆਪਣਾ ਮਤਲਬ ਪ੍ਰੋਗਰਾਮ ਅਨਾਉਂਸ ਕਰਤਾ, ਇੱਕ ਨਵਾਂ ਅਕਾਲੀ ਦਲ ਉਹਨਾਂ ਦਾ ਬਣ ਗਿਆ। ਪਰਮਿੰਦਰ ਢੀਂਡਸਾ
ਜਦੋਂ ਆਪਾਂ ਸੁਖਬੀਰ ਬਾਦਲ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਹਾਂ ਤਾਂ ਉਹ ਇੱਕ ਜ਼ਿਆਦੇ ਸਾਊ ਸੁਭਾਅ, ਘੱਟ ਬੋਲਣ ਵਾਲੇ, ਮਿੱਠ ਬੋਲੜੇ, ਆਮ ਲੋਕਾਂ ਦੇ ਵਿੱਚ ਵਿਚਰਨ ਵਾਲੇ ਬੰਦੇ ਦੇਖੇ ਜਾਂਦੇ ਨੇ। ਬਿਲਕੁਲ, ਉਹਨਾਂ ਦੀ ਛਵੀ ਏਦਾਂ ਦੀ ਹੈ, ਉਹਨਾਂ ਦੀ ਛਵੀ ਏਦਾਂ ਦੀ ਹੈ, ਲਿਆਕਤ ਪੱਖੋਂ ਵੀ ਉਹ ਸੁਖਬੀਰ ਤੋਂ ਬੈਟਰ ਨੇ। ਸੋ ਉਹਨਾਂ ਨੂੰ ਦਾਗ ਲਾਉਣ ਵਾਸਤੇ ਕੰਮ ਕੀਤਾ ਜਾ ਸਕਦਾ। ਬਿਲਕੁਲ, ਜੇ ਅਸੀਂ ਇਸ ਪੱਖ ਤੋਂ, ਜਿਹੜਾ ਦੂਜਾ ਪੱਖ ਤੁਸੀਂ ਦੱਸਿਆ, ਜੇ ਅਸੀਂ ਇਸ ਪੱਖ ਤੋਂ ਦੇਖੀਏ ਤਾਂ ਬਿਲਕੁਲ, ਜਿਹੜੇ ਸਾਡੇ ਦਰਸ਼ਕ ਨੇ ਇਸ ਵੇਲੇ ਸਾਨੂੰ ਦੇਖ ਰਹੇ ਨੇ ਵੱਖ ਵੱਖ ਮਾਧਿਅਮਾਂ ਦੇ ਜ਼ਰੀਏ, ਜ਼ਰੂਰ ਉਹਨਾਂ ਤੱਕ ਇਹ ਨਵੀਂ ਗੱਲ ਪਹੁੰਚੀ ਹੋਊਗੀ ਕਿ ਪਰਮਿੰਦਰ ਢੀਂਡਸਾ ਦੇ ਉੱਤੇ ਇਹ ਬਾਦਲਾਂ ਦੇ ਉੱਤੇ ਹਮਲਾ ਘੱਟ ਹੈ, ਪਰਮਿੰਦਰ ਢੀਂਡਸਾ ਉੱਤੇ ਹਮਲਾ ਜ਼ਿਆਦਾ। ਪਰ ਦੇਖੋ ਜਿਹੜੀ ਰਾਹਨੁਮਾਈ ਸੀ ਪਰਮਿੰਦਰ ਢੀਂਡਸਾ ਨੂੰ, ਉਹ ਤਾਂ ਬਾਦਲਾਂ ਦੀ ਸੀ ਨਾ, ਬਾਦਲ ਸਰਕਾਰ ਦੀ ਸੀ, ਤਾਂ ਉਹ ਤਾਂ ਬਰੀ ਨਹੀਂ ਹੋ ਸਕਦੇ। ਉਹ ਬਰੇ ਨਹੀਂ ਹੋ ਸਕਦੇ, ਪਰ ਬਾਦਲ ਇਹ ਛੱਡ ਸਕਦੇ ਨੇ ਜੀ ਸਾਨੂੰ ਪਤਾ ਨਹੀਂ ਲੱਗਿਆ ਜੀ, ਅਸੀਂ ਤਾਂ ਇਸ ਨੂੰ ਇੰਡੀਪੈਂਡੈਂਟ, ਮਤਲਬ ਬਾਦਲ ਜਿਸ ਢੰਗ ਦੇ ਬਿਆਨ ਦੇਣ ਦੇ ਵਿੱਚ ਮਾਹਰ ਆ, ਮਾਹਰ ਐਕਸਪਰਟ ਨੇ, ਉਹ ਕਹਿਣਗੇ ਇਹ ਤਾਂ ਇੰਡੀਪੈਂਡੈਂਟ ਜਿਹੜਾ ਚਾਰਜ ਸੀਗਾ ਉਹਨੂੰ ਡਿਸੀਜਨ ਆ ਜੀ। ਹਾਂ ਮਤਲਬ ਅਸੀਂ ਤਾਂ ਕਿਸੇ ਦੇ ਰਸਤੇ 'ਚ ਬੋਲਦੇ ਨੇ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਵੀ ਹੋ ਰਿਹਾ ਜੀ, ਇਹ ਤਾਂ ਪਰਮਿੰਦਰ ਨੂੰ ਪੁੱਛੋ ਜਾ ਕੇ, ਉਹਨੇ ਘੋਗੜ ਬਣ ਜਾਣਾ, ਉਹਨੇ ਕਹਿਣਾ ਕਾਕਾ ਮੈਨੂੰ ਤਾਂ ਪਤਾ ਨਹੀਂ ਹੈਗਾ। ਮੈਨੂੰ ਤਾਂ ਪਤਾ ਨੀ, ਕਿਉਂਕਿ ਅਕਸਰ ਅਕਸਰ ਉਹਨਾਂ ਦੀ ਇਹੀ ਜਿਹੀ ਸਟੇਟਮੈਂਟਾਂ ਆਉਂਦੀਆਂ ਨੇ। ਤਾਂ ਇੱਥੇ ਪਰਮਿੰਦਰ ਢੀਂਡਸਾ ਨੂੰ ਆਪਣਾ ਬਿਆਨ ਦੇਣਾ ਪਊਗਾ ਕਿ ਉਹਨਾਂ ਨੇ ਇੰਡੀਪੈਂਡੈਂਟਲੀ ਡਿਸੀਜਨ ਲਿਆ ਜਾਂ ਉਹਨਾਂ ਨੂੰ ਬਾਦਲ ਪਰਿਵਾਰ ਵੱਲੋਂ ਕੋਈ ਹਦਾਇਤਾਂ ਸੀ। ਸੋ ਜਿਹੜੀ ਗੇਂਦ ਆ ਇਸ ਵੇਲੇ ਬਾਦਲਾਂ ਦੇ ਪਾਲੇ ਵਿੱਚ ਨਹੀਂ, ਪਰਮਿੰਦਰ ਢੀਂਡਸਾ ਦੇ ਪਾਲੇ ਦੇ ਵਿੱਚ ਆ, ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵਿਰੋਧੀ ਪਾਰਟੀਆਂ ਬਿਆਨ ਦੇਣਗੀਆਂ ਤਾਂ ਪਰਮਿੰਦਰ ਢੀਂਡਸਾ ਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਹੈ ਕੋਈ ਨਾ ਕੋਈ ਸਟੇਟਮੈਂਟ ਦੇਣੀ ਪਊਗੀ। ਇੰਦਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜੁੜੇ ਸਾਡੇ ਨਾਲ ਜੀ। ਸੋ ਨਵੀਂ ਗੱਲ ਨਿਕਲ ਕੇ ਆਈ ਹੈ ਬਾਹਰ ਅੱਜ ਦੇ ਮੁੱਦੇ 'ਚ ਕਿ ਇਹ ਜਿਹੜਾ ਨਿਸ਼ਾਨਾ ਮਨਪ੍ਰੀਤ ਸਿੰਘ ਬਾਦਲ ਦਾ, ਬਾਦਲਾਂ 'ਤੇ ਘੱਟ ਹੈ, ਪਰਮਿੰਦਰ ਢੀਂਡਸਾ 'ਤੇ ਜ਼ਿਆਦਾ। ਸੋ ਇੱਕ ਬ੍ਰੇਕ ਲਈ ਰੁਕਦੇ ਹਾਂ, ਇੱਥੇ ਬ੍ਰੇਕ ਤੋਂ ਬਾਅਦ ਅਸੀਂ ਆਪਣੇ ਜਿਹੜੇ ਕਾਲਰਸ ਨੇ, ਦਰਸ਼ਕ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਜਾਇਓ ਨਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ, ਪਲੇਟਫਾਰਮ ਹੈ ਸਾਡਾ ਜਸ ਪੰਜਾਬੀ ਅਤੇ ਨਾਮ ਹੈ ਸ਼ੋਅ ਦਾ ਅੱਜ ਦਾ ਮੁੱਦਾ। ਸਵਾਗਤ ਹੈ ਤੁਹਾਡਾ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਖਜ਼ਾਨੇ ਨੂੰ ਲੱਗੀ 31,000 ਕਰੋੜ ਰੁਪਏ ਦੀ ਸੰਧ ਦੀ, ਕਿ 31,000 ਕਰੋੜ ਰੁਪਇਆ ਚੋਣਾਂ ਦੇ ਨਤੀਜਿਆਂ ਤੋਂ ਸਿਰਫ ਇੱਕ ਦਿਨ ਪਹਿਲਾਂ 2017 ਦੇ ਵਿੱਚ ਕਿਵੇਂ ਕੇਂਦਰ ਦੀ ਝੋਲੀ ਦੇ ਵਿੱਚ ਸੁੱਟ ਦਿੱਤਾ ਗਿਆ। ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੀ ਬਜਟ ਭਾਸ਼ਣ ਦੀ ਜਿਹੜੀ ਤਕਰੀਰ ਹੈ ਉਹਦੇ ਵਿੱਚ ਬੋਲਦਿਆਂ ਹੋਇਆਂ ਪਿਛਲੀ ਬਾਦਲ ਸਰਕਾਰ ਦੇ ਉੱਤੇ ਇਹ ਹਮਲਾ ਕੀਤਾ, ਸੱਚ ਦੱਸਿਆ। ਅਤੇ ਅਸੀਂ ਇਸ ਬ੍ਰੇਕ ਤੋਂ ਪਹਿਲਾਂ ਇੰਦਰਜੀਤ ਸਿੰਘ, ਜਿਹੜੇ ਪੰਜਾਬ ਦੀ ਰਾਜਨੀਤੀ ਬਾਰੇ ਐਕਸਪਰਟ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਹੁਣ ਸਾਡੇ ਨਾਲ ਬਹੁਤ ਸਾਰੇ ਕਾਲਰ ਜੁੜੇ ਹੋਏ ਨੇ, ਅਸੀਂ ਇੱਕ ਇੱਕ ਕਰਕੇ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਉਹ ਕੀ ਸੋਚਦੇ ਨੇ ਇਸ ਮੁੱਦੇ ਬਾਰੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਪਣੇ ਫਸਟ ਕਾਲਰ ਦੇ ਨਾਲ। ਹੈਲੋ, ਹਾਂਜੀ, ਔਨ ਏਅਰ ਹੋ ਜੀ ਤੁਸੀਂ, ਸਵਾਗਤ ਹੈ ਤੁਹਾਡਾ। ਹਾਂਜੀ ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ, ਤੁਹਾਡਾ ਕੀ ਕਹਿਣਾ ਹੈਗਾ ਸਾਡੇ ਇਸ ਵਿਸ਼ੇ ਦੇ ਉੱਤੇ? ਅਸੀਂ ਤੇ ਤੁਹਾਡੇ ਪਹਿਲੇ ਦਿਨ ਦੇ ਆਰੰਭਤਾ ਦੇ ਸ਼ੁਰੂ ਚ ਸੇਵਾ ਚ ਹਾਜ਼ਰ ਹੋਇਆ ਸੀ। ਠੀਕ ਹੈ ਜੀ, ਖੁੱਲੀ ਰਚਨਾ ਜੀ, ਕੁਝ ਲੈਣਾ ਜੇ ਕਹਿਣਾ ਮੁੱਦੇ ਨਾਲ ਜੇ ਉਹ ਕੌਣ ਤਿਆਰ ਕਰੇ ਨੇ ਜੀ। ਜੀ ਠੀਕ ਹੈ ਜੀ, ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਜੁੜੇ ਸਾਡੇ ਨਾਲ। ਕੁਛ ਕੋਈ ਖਾਸ ਇਸ ਅੱਜ ਦੇ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੋ ਤੁਸੀਂ? ਅੱਜ ਦੇ ਨਹੀਂ, ਮੇਰਾ ਮਾਨਾ ਤੇ ਮੈਂ ਸਿਰਫ ਤੁਹਾਡੀ ਸੇਵਾ ਤੇ ਹਾਜ਼ਰੀ ਦਾ ਹੀ ਅੱਜ ਹੈਗਾ ਤੇ ਕਹੋ ਕਹਿੰਦੇ ਨਹੀਂ ਤੇ ਫਿਰ ਧੰਨਵਾਦ ਆ, ਫਿਰ ਸਤਿ ਸ਼੍ਰੀ ਅਕਾਲ ਕਰ ਦਿੰਦੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਮੈਂ ਹੁਣ ਤੁਹਾਡੇ ਦਰਸ਼ਨ ਕਰਿਆ ਕਰਾਂਗਾ ਰੋਜ਼, ਕੋਈ ਨਾ ਕੋਈ ਮੁੱਦਾ ਜਿਹੜਾ ਤੁਹਾਡੇ ਨਾਲ ਸੰਬੰਧ ਰੱਖਦਾ ਹੈ, ਤੁਹਾਡੀ ਮਿੱਟੀ ਨਾਲ, ਆਪਣੀ ਮਿੱਟੀ ਨਾਲ ਸੰਬੰਧ ਰੱਖਦਾ, ਉਹਦੇ 'ਤੇ ਆਪਾਂ ਉਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਿਆ ਕਰਾਂਗੇ ਜੀ। ਤੁਹਾਡਾ ਸ਼ੁਕਰੀਆ, ਤੁਸੀਂ ਕਾਲ ਕੀਤੀ, ਮੈਨੂੰ ਚੰਗਾ ਲੱਗਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣੇ ਜਜ਼ਬਾਤ ਲੈ ਕੇ ਹਾਜ਼ਰ ਹੁੰਦੇ ਹੋ, ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ, ਚੜ੍ਹਦੀ ਕਲਾ ਚ ਰਹੋ। ਸ਼ੁਕਰੀਆ ਜੀ। ਸਾਡੇ ਅਗਲੇ ਕਾਲਰ ਨੇ, ਹੈਲੋ, ਮੈਂ, ਹਾਂਜੀ, ਮੈਂ ਓਕਲਾਹੋਮਾ ਦੇ ਟਲਸਾ ਸ਼ਹਿਰ ਚੋਂ ਗੁਰਦੀਪ ਸਿੰਘ ਸੰਦਲ ਬੋਲਦਾ ਜੀ। ਸਰਦਾਰ ਸੁਰਿੰਦਰ ਸਿੰਘ ਜੀ, ਤੁਸੀਂ ਅੱਜ ਦੇ ਮੁੱਦੇ ਦਾ ਆਗਾਜ਼ ਕਰਕੇ
ਸਾਡੇ ਇੰਤਜ਼ਾਰ ਦੀ ਘੜੀ ਦੀਆਂ ਸੂਈਆਂ ਨੂੰ ਸਮੇਂ ਦੇ ਅਨੁਸਾਰ ਜੋੜ ਦਿੱਤਾ ਹੈ। ਇਸ ਦੇ ਲਈ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ। ਸ਼ੁਕਰੀਆ ਸੰਦਰ ਸਾਹਿਬ, ਸ਼ੁਕਰੀਆ। ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਤਾਲਾ ਛੋਟਾ, ਤਾਲੇ ਤੋਂ ਚਾਬੀ ਛੋਟੀ, ਪਰ ਛੋਟੀ ਜਿਹੀ ਚਾਬੀ ਨਾਲ ਪੂਰਾ ਘਰ ਖੁੱਲ ਜਾਂਦਾ ਹੈ। ਇਸੇ ਤਰ੍ਹਾਂ ਛੋਟੇ ਛੋਟੇ ਵਿਚਾਰ ਬੜਾ ਬਦਲਾਅ ਲਿਆ ਸਕਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਉੱਪਰ ਚੱਲੀਏ, ਵਿਚਾਰਾਂ ਕਰੀਏ। ਰਾਜਨੀਤਿਕ ਲੋਕਾਂ ਨੇ ਜਨਤਾ ਦੇ ਆਤਮ ਵਿਸ਼ਵਾਸ ਨੂੰ ਤੋੜਿਆ ਹੈ। ਇਸਦਾ ਇਜ਼ਾਨਾ ਬਾਦਲ ਸਰਕਾਰ ਨੂੰ ਭੁਗਤਣਾ ਪਿਆ ਅਤੇ ਹੁਣ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਗ੍ਰਾਫ ਵੀ ਕਾਫੀ ਗਿਰ ਗਿਆ ਹੈ। ਲੱਗਦਾ ਤਸਵੀਰ ਕੁਝ ਹੋਰ ਹੋਏਗੀ। ਬਾਕੀ ਵਧੀਆ ਲੋਕਾਂ ਦੀ ਚੋਣ ਕਰਨੀ ਪਵੇਗੀ, ਜਿਹਨਾਂ ਦਾ ਅਕਸ ਸਮਾਜ ਵਿੱਚ ਵਧੀਆ ਹੋਵੇ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੋਣ ਕਰਨੀ ਪਏਗੀ। ਜੇ ਅਸੀਂ ਗਲਤ ਲੋਕ ਚੁਣਾਂਗੇ ਤਾਂ ਉਹ ਗਲਤ ਫੈਸਲੇ ਹੀ ਦੇਣਗੇ। ਜੋ 31,000 ਕਰੋੜ ਦਾ ਤੁਸੀਂ ਦੱਸਿਆ, ਇਹ ਬਾਦਲਾਂ ਨੇ ਸ਼ਾਇਦ ਇਸ ਲਈ ਕੀਤਾ ਹੋਵੇ ਕਿ ਆਉਣ ਵਾਲੀ ਸਰਕਾਰ 'ਚ ਉਹਨਾਂ ਨੂੰ ਪਤਾ ਸੀ ਅਸੀਂ ਹਾਰ ਜਾਣਾ ਤੇ ਕਾਂਗਰਸ ਜੇ ਆਏਗੀ ਤੇ ਉਹਨਾਂ ਨੂੰ ਥੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਏ। ਥੈਂਕ ਯੂ ਜੀ ਸੰਦਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵੱਡੀ ਗੱਲ ਇਹ ਹੈ ਕਿ ਇਸ ਵਿਸ਼ੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਸਹੁੰ ਖਾਧੀ ਹੈ ਪੰਜਾਬ ਵਿਧਾਨ ਸਭਾ ਦੇ ਉਸ ਹਾਊਸ ਦੇ ਵਿੱਚ ਕਿ ਜੇਕਰ ਮੈਂ ਝੂਠ ਬੋਲ ਰਿਹਾ ਹੋਵਾਂ ਤਾਂ ਮੇਰੇ ਜਿਹੜੇ ਬੱਚੇ ਜਾਂ ਉਸਦੇ ਪਰਿਵਾਰ ਨੂੰ ਮਰਨ ਤੋਂ ਬਾਅਦ ਪਰਮਾਤਮਾ ਕਿਸੇ ਦਰਗਾਹ ਦੇ ਵਿੱਚ ਢੋਈ ਨਾ ਦੇਵੇ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਪਰਿਵਾਰ ਦੇ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਜਿਹੜਾ ਨਿਘਾਰ ਹੈ ਹੁਣ ਤੈਅ ਸਮਝਿਆ ਜਾ ਰਿਹਾ ਹੈ। ਆਪਾਂ ਅਗਲੇ ਕਾਲਰ ਨੂੰ ਲੈਂਦੇ ਹਾਂ ਜੀ, ਦੇਖਦੇ ਹਾਂ ਉਹ ਸੱਜਣ ਕੀ ਕਹਿੰਦੇ ਨੇ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਜੀ। ਕੀ ਨਾਮ ਹੈ, ਕਿੱਥੋਂ ਬੋਲਦੇ? ਮੈਂ ਸ਼ਮਸ਼ੇਰ ਸਿੰਘ ਲਾਸ ਏਂਜਲਸ ਤੋਂ ਅਰਜ਼ ਕਰਦਾ ਜੀ। ਵਾਹ ਜੀ ਵਾਹ, ਸ਼ਮਸ਼ੇਰ ਸਿੰਘ ਜੀ, ਨਾਮ ਤੁਹਾਡਾ ਬਹੁਤ ਸ਼ੇਰਾਂ ਵਰਗਾ, ਸਵਾਗਤ ਹੈ। ਹਾਂਜੀ, ਦੇਖੋ ਜੀ, ਜਿਹੜੀ ਮਹਾਂ ਜੀ ਹੁੰਦੀ ਆ, ਕਿਸੇ ਨੂੰ ਤਾਂ ਸਵਾਦ ਲਾ ਸਵਾਦੀ ਲਾ ਦੀ ਹੁੰਦੀ ਆ, ਕਿਸੇ ਨੂੰ ਬੇਸਵਾਦੀ ਲਾ ਦੀ ਹੁੰਦੀ ਆ। ਜਿੱਥੋਂ ਤੱਕ 31,000 ਕਰੋੜ ਰੁਪਈਏ ਦੀ ਗੱਲ ਆ, ਨਵੀਂ ਸਰਕਾਰ ਬਣੀ ਨੂੰ ਮੇਰਾ ਖਿਆਲ ਆ ਵੀ 3 ਸਾਲ ਹੋ ਗਏ। ਜੇ ਉਹ ਗੈਰ ਕਾਨੂੰਨੀ ਸੀ, ਗਲਤ ਸੀ 31,000 ਕਰੋੜ ਰੁਪਇਆ ਕਰਜ਼ੇ ਦੇ ਵਿੱਚ ਪਾਉਣਾ, ਤਾਂ ਮੇਰਾ ਖਿਆਲ ਆ ਵੀ ਹੁਣ ਉਹ ਅਕਾਲੀ ਪਾਰਟੀ ਤੋਂ ਰਿਕਵਰ ਕਰ ਲਿਆ ਜਾਣਾ ਚਾਹੀਦਾ ਸੀ। ਜੇ ਉਸਨੇ ਹਾਲੇ ਤੱਕ ਰਿਕਵਰ ਨਹੀਂ ਕੀਤਾ, ਇਹਦਾ ਮਤਲਬ ਇਹ ਆ ਵੀ ਜੇ ਪਹਿਲੀ ਸਰਕਾਰ ਕਾਣੀ ਸੀ ਤਾਂ ਇਹ ਬਿਲਕੁਲ ਨਹੀਂ ਆ। ਜਿੱਥੋਂ ਤੱਕ ਆਪਣੇ ਸਵਾਲ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਦਾ ਸਵਾਲ ਆ, ਮੇਰਾ ਖਿਆਲ ਹੈ ਵੀ ਜਦੋਂ ਆਲ ਇੰਡੀਆ ਰੇਡੀਓ ਤੋਂ 53 ਪ੍ਰੋਗਰਾਮ ਤੇ 73 ਪ੍ਰੋਗਰਾਮ ਜਿਵੇਂ ਪੰਜਾਬ ਦੇ ਵਿੱਚ ਮਕਬੂਲ ਸੀ, ਉਸੇ ਤਰ੍ਹਾਂ ਜਿਹੜਾ ਸੰਘ ਦਰਸ਼ਨ ਪ੍ਰੋਗਰਾਮ ਆ ਪੰਜਾਬ, ਭਾਵੇਂ ਇਹ ਅਫਸਰਸ਼ਾਹੀ ਨੂੰ ਨਹੀਂ ਸੀ ਪਾਉਂਦਾ ਕਿਉਂਕਿ ਉਸਨੂੰ ਆਪਣੀਆਂ ਏਅਰ ਕੰਡੀਸ਼ਨ ਕੋਠੀਆਂ ਚੋਂ ਨਿਕਲ ਕੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆਉਣਾ ਪੈਂਦਾ ਸੀ। ਥੈਂਕ ਯੂ ਵੈਰੀ ਮੱਚ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ। ਸੋ ਬਹੁਤ ਸਾਨੂੰ ਸਾਡੇ ਸੱਜਣ ਕਾਲਾਂ ਕਰਦੇ ਨੇ ਜੀ, ਅਤੇ ਮੈਂ ਕਹਿੰਦਾ ਕਿ ਉਹ ਥੋੜ੍ਹਾ ਜਿਹਾ ਸਬਰ ਕਰਨ ਅਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਾਂਗੇ ਪੂਰੇ। ਅਤੇ ਅਗਲੇ ਸਾਡੇ ਜਿਹੜੇ ਕਾਲਰ ਨੇ, ਆਪਾਂ ਦੇਖਦੇ ਹਾਂ ਕਿ ਉਹ ਕੀ ਕਹਿੰਦੇ ਨੇ। ਬਹੁਤ ਤੁਹਾਡੇ ਵਿਚਾਰਾਂ ਨੂੰ ਜਾਣ ਕੇ ਖੁਸ਼ੀ ਹੁੰਦੀ ਹੈ, ਤੁਸੀਂ ਅਗਾਹ ਵਧੂ ਆ ਬਹੁਤ। ਅਤੇ ਹਾਂਜੀ, ਸਵਾਗਤ ਹੈ ਜੀ ਤੁਹਾਡਾ, ਆਪਣੇ ਟੀ ਵੀ ਦੀ ਆਵਾਜ਼ ਪਿੱਛੇ ਬੰਦ ਕਰ ਦਿਓ। ਸਵਾਗਤ ਹੈ ਜੀ ਤੁਹਾਡਾ। ਮੇਰਾ ਕੀ ਨਾਮ ਜੀ? ਹਾਂ ਠੀਕ ਹੈ, ਆਪਾਂ ਅਗਲੇ ਕਾਲਰ ਲੈਂਦੇ। ਇਹ ਮੈਂ ਬੇਨਤੀ ਕਰਦਾ ਕਿ ਜਦੋਂ ਤੁਸੀਂ ਕਾਲ ਕਰਦੇ ਆਪਣੇ ਟੀ ਵੀ ਦੀ ਆਵਾਜ਼ ਪਿੱਛੋਂ ਬੰਦ ਕਰ ਦਿਓ ਕਰੋ, ਤਾਂ ਕਿ ਤੁਸੀਂ ਮੇਰੀ ਆਵਾਜ਼ ਸੁਣ ਸਕੋ ਅਤੇ ਅਸੀਂ ਤੁਹਾਡੀ ਆਵਾਜ਼ ਜਿਹੜੀ ਹੈਗੀ ਆ ਉਹ ਚੰਗੀ ਤਰ੍ਹਾਂ ਸੁਣ ਸਕੀਏ। ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭਾਈ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲਦੇ? ਹਾਂਜੀ, ਮੇਰਾ ਨਾਮ ਭਗਵੰਤ ਪੱਟੀ ਹੈ ਜੀ, ਮੈਂ ਸਾਊਥ ਜਰਸੀ ਤੋਂ ਬੋਲਦਾ। ਹਾਂਜੀ ਭਗਵੰਤ ਜੀ, ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ, ਤੇ ਕੀ ਕਹਿਣਾ ਹੈ ਤੁਹਾਡਾ? ਜਿਹੜਾ ਤੁਸੀਂ 31,000 ਕਰੋੜ ਰੁਪਏ ਦਾ ਇਹ ਮਨਪ੍ਰੀਤ ਬਾਦਲ ਨੇ ਜਿਹੜਾ ਹੁਣ ਮਸਲਾ ਲੈ ਕੇ ਆਉਂਦਾ, 2 ਬਜਟ ਪਹਿਲਾਂ ਵੀ ਪੇਸ਼ ਕਰ ਚੁੱਕਿਆ, ਉਦੋਂ ਕਿਉਂ ਨਹੀਂ ਲੈਂਦਾ ਇਹ ਮਸਲਾ? ਪਹਿਲੀ ਗੱਲ, ਵੈਰੀ ਗੁੱਡ, ਹਾਂਜੀ ਬਿਲਕੁਲ ਠੀਕ ਹੈ ਗੱਲ। ਤੇ ਦੂਸਰੀ ਗੱਲ ਇਹ ਹੈ, ਪੰਜਾਬ ਦੇ ਵਿੱਚ ਲੋਕ, ਪੰਜਾਬ ਦੇ ਲੋਕਾਂ ਨੂੰ ਕੋਈ ਵਧੀਆ ਸੰਕਲਪ ਨਹੀਂ ਮਿਲ ਰਿਹਾ, ਨਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ, ਨਾ ਅਕਾਲੀ ਦਲ ਸਾਥ ਦੇ ਰਿਹਾ, ਨਾ ਕੋਈ ਟਕਸਾਲੀ ਅਕਾਲੀ ਦਲ ਸਾਥ ਰਿਹਾ, ਨਾ ਕੋਈ ਕਾਂਗਰਸ ਸਾਥ ਦੇ ਰਹੀ ਹੈ। ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਸਾਡੀ ਹਾਲਤ ਲਾਵਾਰਸਾਂ ਵਾਲੀ ਹੋ ਗਈ ਹੈ।
ਬਿਲਕੁਲ ਤੇ ਇਹਦਾ ਇੱਕੋ ਹੀ ਸੰਕਲਪ ਹੈ, ਦੋ ਚਾਰ ਬੰਦੇ ਹੈਗੇ ਜੰਗ ਜਿਹੜੇ ਮਿਡਲ ਏਜ ਦੇ ਨੇ, ਜਿਵੇਂ ਸਿੱਧੂ ਹੋਇਆ, ਖਹਿਰਾ ਹੋਇਆ, ਜਾਂ ਬੈਂਸ ਬ੍ਰਦਰ ਹੋ ਗਏ, ਪ੍ਰਗਟ ਸਿੰਘ ਹੋ ਗਏ, ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਉੱਠ ਕੇ ਕੋਈ ਨਵੀਂ ਪੰਜਾਬ ਲੈਵਲ ਤੇ ਕੋਈ ਨਵੀਂ ਪਾਰਟੀ ਦਾ ਕ੍ਰੀਏਸ਼ਨ ਕਰਨੀ ਚਾਹੀਦੀ ਆ, ਤਾਂ ਕਿ ਪੁਰਾਣੀਆਂ ਪਾਰਟੀਆਂ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ, ਉਹਨਾਂ ਕੋਈ ਚੁਆਇਸ ਏ ਨਹੀਂ ਹੈ ਹੋਰ। ਬਿਲਕੁਲ ਨਹੀਂ ਹੈਗੇ, ਹਾਂ ਬਿਲਕੁਲ, ਆਮ ਆਦਮੀ ਪਾਰਟੀ ਤੋਂ ਵੀ ਜਿਹੜਾ ਯਕੀਨ ਹੈ ਉੱਠ ਚੁੱਕਿਆ, ਅਸਫਲ ਰਹੇ ਨੇ, ਔਰ ਜੋ ਬੰਦੇ ਉਹਨਾਂ ਨੇ ਕੱਢੇ ਨੇ ਉਹ ਸਾਰੇ ਬਿਨਾਂ ਐਲੀਗੇਸ਼ਨ ਤੋਂ ਕੋਈ ਕਿਸੇ ਦਾ ਪ੍ਰੂਫ ਨਹੀਂ ਦੇ ਸਕੇ, ਈਵਨ ਖਹਿਰੇ ਨੂੰ ਵੀ ਐਲਓਪੀ ਤੋਂ ਲਾਇਆ, ਕੋਈ ਉਹਨਾਂ ਨੇ ਡੈਮੋਕ੍ਰੈਟਿਕ ਤਰੀਕਾ ਨਹੀਂ ਅਪਣਾਇਆ। ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਹਿੱਸਾ ਬਣੇ, ਬਹੁਤ ਬਹੁਤ ਧੰਨਵਾਦ। ਕਈ ਵਾਰੀ ਮਿਲੇ ਆ, ਕਈ ਵਾਰੀ ਮਿਲੇ ਆ ਨਿਊਯਾਰਕ ਜੀ। ਚਲੋ ਆਪਾਂ ਫਿਰ ਅਪ੍ਰੈਲ ਦੇ ਵਿੱਚ ਫਿਰ ਮਿਲਾਂਗੇ, ਬਹੁਤ ਧੰਨਵਾਦ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹੈਲੋ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਗੱਜ ਵੱਜ ਕੇ ਸਤਿ ਸ਼੍ਰੀ ਅਕਾਲ, ਆਪਣੇ ਟੀਵੀ ਦੀ ਆਵਾਜ਼ ਪਿੱਛੋਂ ਬੰਦ ਕਰਵਾ ਦਿਓ ਕਹਿ ਕੇ, ਤਾਂ ਕਿ ਆਪਾਂ ਗੱਲਬਾਤ ਸਹੀ ਤਰੀਕੇ ਨਾਲ ਕਰ ਸਕੀਏ। ਸੁਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਤੇ ਪਹਿਲਾਂ ਤੁਹਾਡਾ ਇੱਥੇ ਇਸ ਪ੍ਰੋਗਰਾਮ ਲਾਉਣ 'ਚ ਮੈਂ ਬਹੁਤ ਧੰਨਵਾਦ ਕਰਦਾ। ਮੈਂ ਆਪਾਂ ਅੱਗੇ ਮਿਲੀ ਵੀ ਸੀ ਬਰਾੜ ਸ਼ਾਹ ਗੁਰਦੁਆਰੇ ਘਰੀ ਜੀ ਜੀ, ਠੀਕ ਹੈ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਾਡੇ 31,000 ਵਾਲਾ, ਹਾਂਜੀ, ਉਹ ਜਿਹੜਾ ਹੈ ਨਾ ਆਪਣੇ ਪਰਮਿੰਦਰ ਸਿੰਘ ਢੀਂਡਸਾ ਤੇ ਕੱਲੇ ਤੇ ਐਲੀਗੇਸ਼ਨ ਲੱਗਣ ਵਾਲੀ ਗੱਲ ਆ, ਉਹ ਜੇ ਬੁੱਧੀਮਾਨ ਢੰਗ ਨਾਲ ਗੱਲ ਕਰੀਏ ਤੇ ਇਹ ਗੱਲ ਨਹੀਂ ਬਣਨੀ। ਏਡਾ ਵੱਡਾ ਫੈਸਲਾ ਕਦੇ ਵੀ ਕਿਸੇ ਕੈਬਨਿਟ ਤੋਂ ਬਿਨਾਂ, ਕੈਬਨਿਟ ਦੀ ਸਲਾਹ ਬਿਨਾਂ, ਬਾਦਲ ਸਾਹਿਬ ਬਿਨਾਂ, ਸੁਖਬੀਰ ਬਿਨਾਂ, ਜਿਹੜੇ ਹੋਰ ਸਾਥੀ ਸੀ ਉਹਨਾਂ ਦੇ, ਉਦੋਂ ਬਿਨਾਂ ਨਹੀਂ ਇਹ ਹੋ ਸਕਦਾ ਵੀ ਜਾ ਕੇ ਉੱਥੇ ਜਿਹੜੇ ਪੈਸਾ ਜਾ ਕੇ ਦਸਤਖਤ ਕਰਕੇ ਬੰਦ ਕਰਾਇਓ। ਬਾਕੀ ਮਨਪ੍ਰੀਤ ਦੇ ਹੱਲ, ਜਿੱਦਾਂ ਹੁਣ ਤੁਸੀਂ ਜਿਸ ਟੀਵੀ ਤੇ ਬੈਠੇ ਹੋ, ਮੈਂ ਪ੍ਰੋਫੈਸਰ ਗੁਰਮੇਲ ਸਿੰਘ ਬੱਲ ਬੋਲਦਾ ਜੀ। ਜੀ ਜੀ, ਬੱਲ ਸਾਹਿਬ, ਜਿੱਦਾਂ ਤੁਸੀਂ ਜਿਸ ਪ੍ਰੋਗਰਾਮ ਚ ਬੈਠੇ ਤੇ ਮਨਪ੍ਰੀਤ ਜੀ ਵੀ ਹਾਜ਼ਰ ਹੋਏ ਸੀ ਇੱਕ ਵਾਰੀ ਆ ਕੇ, ਉਦੋਂ ਉਹਨਾਂ ਨੇ ਇਹ ਬਚਨ ਕੀਤੇ ਸੀ ਵੀ ਮੈਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਤੇ ਤਾਂ ਮੈਂ ਇਹਨਾਂ ਦੇ ਕੋਲੋਂ ਅਲੱਗ ਹੋਇਆ, ਵੀ ਮੈਨੂੰ ਇੰਨਾ ਉਹਨਾਂ ਨੇ ਤੰਗ ਕਰ ਦਿੱਤਾ ਸੀ ਵੀ ਕਿਸੇ ਮੀਟਿੰਗ 'ਚ ਵੀ ਨਹੀਂ ਸਾਡੇ ਸਿਰ, ਮੇਰੇ ਕੋਲ ਆਪਣਾ ਹੀ ਮਹਿਕਮਾ ਸੀ ਤੇ ਬਾਕੀ ਕਿਸੇ ਪ੍ਰੋਗਰਾਮ 'ਚ ਜਾਂ ਕਿਸੇ ਸਲਾਹਕਾਰ ਦੀ ਬਿਲਕੁਲ ਨਹੀਂ ਸੀ ਸਾਡੇ, ਔਰ ਅਸੈਂਬਲੀ ਦੇ ਵਿੱਚ ਵੀ ਉਹ ਇਹਨਾਂ ਦੇ ਵਰਖਿਲਾਫ ਬਿਆਨ ਦੇ ਚੁੱਕਾ। ਤੇ ਲੋਕ ਏਡੇ ਭੋਲੇ ਤਾਂ ਨਹੀਂ ਨਾ ਵੀ ਨਿੱਕੀ ਜਿਹੀ ਗੱਲ ਨੂੰ ਮੰਨ ਜਾਣ, ਇਹ ਢੀਂਡਸੇ ਦੇ ਏਡੀ ਛੇਦੀ ਜਿਹੜਾ ਐਲੀਗੇਸ਼ਨ ਇਹ ਮੇਰੇ ਖਿਆਲ 'ਚ ਨਹੀਂ ਲੱਗਣਾ, ਨਾ ਇਹ ਗੱਲ ਬਣਨੀ ਆ, ਇਹ ਤਾਂ ਕਿਆ ਸਰਾਈਆਂ ਹੁੰਦੀਆਂ ਆ, ਕਿਉਂਕਿ ਇਸ ਵੇਲੇ ਜੇ ਮਨਪ੍ਰੀਤ ਦੀਆਂ ਕਿਸੇ ਬਚਨਾਂ ਦੇ ਨਾਲ ਕਿਸੇ ਢੰਗ ਨਾਲ ਮਦਦ ਕਰਨੀ ਚਾਹੇ ਆਪਦੇ ਤਾਇਆ ਜੀ ਦੀ, ਤਾਂ ਉਹ ਏਡੀ ਸੌਖੀ ਖੇਡ ਨੀਗੀ ਜੀ। ਜੀ ਗੁਰਮੇਲ ਸਿੰਘ ਜੀ, ਆਪਾਂ ਆਪਣੇ ਵਿਚਾਰ ਆ ਪਾਰਟੀਆਂ ਦੇ, ਬਾਕੀ ਨਿਊ ਪਾਰਟੀ ਦੀ ਕੋਈ ਸੱਜਣ ਗੱਲ ਕਰਦਾ ਹੈ, ਨਵੀਂ ਪਾਰਟੀ ਉੱਠ ਕੇ ਬੰਦੇ ਬਣਾਉਣ, ਨਵੀਂ ਪਾਰਟੀ ਸੁਰਿੰਦਰ ਜੀ ਸ਼ੇਰੀ ਬਣਦੀ ਨਹੀਂ ਹੁੰਦੀ ਜੀ ਜੀ, ਬੜਾ ਔਖਾ ਕੰਮ ਆ ਪਾਰਟੀਆਂ ਬਣਾ ਕੇ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਤੋੜਨਾ, ਪੁਰਾਣੀਆਂ ਪਾਰਟੀਆਂ ਦੇ ਵੀ ਸਿੱਲ ਹੁੰਦੇ ਆ, ਇਸ ਕਰਕੇ ਉਹ ਖਿਲਾਰ ਪੈ ਜਾਂਦਾ ਆ। ਬਹੁਤ ਧੰਨਵਾਦ ਗੁਰਮੇਲ ਸਿੰਘ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਕੀਤੀ, ਸ਼ੁਕਰਗੁਜ਼ਾਰ ਹਾਂ ਤੁਹਾਡੇ, ਉਮੀਦ ਕਰਦੇ ਹਾਂ ਅੱਗੋਂ ਲਈ ਵੀ ਤੁਸੀਂ ਗੱਲਬਾਤ ਇਸੇ ਤਰ੍ਹਾਂ ਸਾਡੇ ਨਾਲ ਸਾਂਝ ਪਾਈ ਰੱਖੋਗੇ। ਇੱਕ ਬ੍ਰੇਕ ਦਾ ਸਮਾਂ ਹੋ ਰਿਹਾ, ਬ੍ਰੇਕ ਤੋਂ ਬਾਅਦ ਜਿਹੜੇ ਬਾਕੀ ਦੇ ਸਾਡੇ ਦਰਸ਼ਕ ਨੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ। ਬਹੁਤ ਸੂਝਵਾਨ ਸਾਡੇ ਦਰਸ਼ਕ ਨੇ, ਬੜੀ ਚੰਗੀ ਰਾਏ ਪੇਸ਼ ਕਰ ਰਹੇ ਨੇ ਆਪਣੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਅੱਜ ਦਾ ਮੁੱਦਾ 'ਚ, ਪਲੇਟਫਾਰਮ ਹੈ ਜਸ ਪੰਜਾਬੀ। ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਿਸੇ ਅਹਿਮ ਅਤੇ ਨਾਜ਼ੁਕ ਵਿਸ਼ੇ ਦੇ ਉੱਤੇ ਆਪਣੀ ਰਾਏ ਪ੍ਰਗਟ ਕਰਦੇ ਹੋ, ਖਾਸ ਕਰਕੇ ਇਸ ਪਲੇਟਫਾਰਮ ਤੋਂ। ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਅਤੇ ਅਸੀਂ ਗੱਲਬਾਤ ਕਰ ਰਹੇ ਹਾਂ ਬਾਦਲ ਸਰਕਾਰ ਵੱਲੋਂ, ਜਿਹੜੀ ਪਿਛਲੀ ਬਾਦਲ ਸਰਕਾਰ ਸੀ ਉਹਦੇ ਵੱਲੋਂ 31,000 ਕਰੋੜ ਰੁਪਏ ਦੀ ਜਿਹੜੀ ਠੱਗੀ ਹੈ ਘਪਲਾ, ਉਸ ਦੇ ਉੱਤੇ ਕਿਵੇਂ ਚਾਦਰ ਪਾਏਗੀ, ਕਿਵੇਂ ਮਿੱਟੀ ਪਾਏਗੀ, ਅਤੇ ਉਸ ਨੂੰ 3 ਸਾਲ ਬਾਅਦ ਮਨਪ੍ਰੀਤ ਸਿੰਘ ਬਾਦਲ ਮੌਜੂਦਾ ਖਜ਼ਾਨਾ ਮੰਤਰੀ ਵੱਲੋਂ ਕਿਸ ਤਰੀਕੇ ਨਾਲ ਉਸਨੂੰ ਪੇਸ਼ ਕੀਤਾ ਗਿਆ, ਜਿਹੜਾ ਹਾਲ ਦੇ ਵਿੱਚ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਬਜਟ ਸੈਸ਼ਨ ਜਿਹੜਾ ਹੈ ਉਹ ਹੋਇਆ ਉਹਦੇ 'ਚ। ਸਾਡੇ ਕਾਲਰ ਸੂਝਵਾਨ, ਮਹੱਤਵਪੂਰਨ, ਅਹਿਮ, ਉਹ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦੇ ਨਾਲ ਅਸੀਂ ਇਸ ਵਿਸ਼ੇ ਦੇ ਉੱਤੇ, ਇਸ ਗੰਭੀਰ ਕਿਸਮ ਦੇ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਉਹਨਾਂ ਦੀ ਰਾਏ ਲੈ ਰਹੇ ਹਾਂ ਕਿ ਉਹਨਾਂ ਦੇ ਕੀ ਕਹਿਣਾ, ਉਹਨਾਂ ਦੇ ਦਿਲ ਦੇ ਵਿੱਚ ਕੀ ਹੈ ਆਪਣੀ ਮਿੱਟੀ ਦੇ ਲਈ, ਆਪਣੇ ਪੰਜਾਬ ਦੇ ਲਈ। ਸੋ ਅਗਲੇ ਸਾਡੇ ਜਿਹੜੇ ਕਾਲਰ ਨੇ, ਦੇਖਦੇ ਹਾਂ ਕਿ ਉਹ ਕੀ ਕਹਿੰਦੇ ਨੇ। ਹੈਲੋ ਜੀ, ਸਰ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਰਾਜਕੁਮਾਰ ਬੋਲ ਰਿਹਾ। ਰਾਜਕੁਮਾਰ ਜੀ ਤੁਹਾਡਾ ਸਵਾਗਤ ਹੈ ਜੀ, ਕੀ ਹਾਲ ਹੈ? ਤੁਸੀਂ ਬੜਾ ਅੱਛਾ ਮੁੱਦਾ ਲੈ ਕੇ ਆਏ ਹੋ, ਸ਼ੁਕਰੀਆ ਜੀ। ਕਿੱਡੇ 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 ਕਰਜ਼ੇ ਤੇ ਲੱਖਾਂ ਰੁਪਏ ਕਰਜ਼ਾ, ਲੱਖਾਂ ਹਜ਼ਾਰ ਕਰੋੜ ਰੁਪਏ ਕਰਜ਼ਾ ਜਿਹੜਾ ਚੱਲ ਚੁੱਕਾ ਪੰਜਾਬ ਦਾ,
ਜੀ ਪੰਜਾਬ ਤੇ ਜੀ ਜਦੋਂ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਪੰਜਾਬ ਤੇ ਕਿਹੜੇ 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 ਜਿਹੜੇ ਨੇ ਕਾਰਨਾ ਜਿਹੜੀਆਂ ਨਹੀਂ ਕਰੀਆਂ ਪੰਜਾਬ ਨੇ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਇਸ ਇਸ ਹਾਲਤ ਵਿੱਚ ਨਾ ਉਹ ਕਦੀ ਆਪਣਾ ਹੱਥ ਅਦਾ ਕਰਦਾ ਜਿਹੜਾ ਕਿ ਅੱਜ ਹੋ ਰਿਹਾ ਤ੍ਰਾਸਦੀ ਹੋ ਗਈ ਹੈ ਸਾਡੀ ਜੀ ਤੇ ਉਹਨਾਂ ਚੀਜ਼ਾਂ ਦਾ ਦਰਦ ਜਿਹੜਾ ਪੰਜਾਬੀ ਹਰ ਇੱਕ ਪੰਜਾਬੀ ਦੇ ਦਿਲ ਵਿੱਚ ਹੈ ਇਹ ਇਹ ਜਿਹੜਾ ਤੁਸੀਂ ਮੁੱਦਾ ਲੈ ਕੇ ਆਏ ਹੋ ਬੜਾ ਅੱਛਾ ਮੁੱਦਾ ਹੈ ਇਹ ਉੱਠੇਗਾ ਤੁਹਾਡਾ ਤੁਸੀਂ ਅੱਜ ਚੁੱਕਿਆ ਹੈ ਸਾਡੇ ਸਾਰੇ ਪੰਜਾਬੀ ਚੁੱਕਣਗੇ ਸਾਡੇ ਪੰਜਾਬੀ ਬੜੇ ਆਗਾ ਨੇ ਹਰ ਗੱਲ ਤੋਂ ਬੜੇ ਚੰਗੀ ਤਰ੍ਹਾਂ ਜਾਣੂ ਨੇ ਤੇ ਇਹ ਬਿਲਕੁਲ ਚੁੱਕਣਗੇ ਇਸ ਗੱਲ ਨੂੰ ਤੇ ਸਾਰੇ ਜਾਣਦੇ ਨੇ ਕੀ ਹੋ ਰਿਹਾ ਸਾਡੇ ਪੰਜਾਬ ਨਾਲ ਸਾਡੇ ਪੰਜਾਬ ਦੇ ਅਜੇ ਦਰਬਾਰ ਸਾਹਿਬ ਜੀ ਦੇ ਦਰਵਾਜੇ ਆ ਉਹਨਾਂ ਦਾ ਅਜੇ ਹਿਸਾਬ ਕਿਤਾਬ ਮੈਂ ਤੇ ਉਹ ਭੁੱਲ ਗਿਆ ਬੈਠਾ ਅਜੇ ਦਰਵਾਜੇ ਗਏ ਹੋਏ ਨੇ ਉਹ ਕਿੱਥੇ ਗਏ ਨੇ ਰਵਾਨੀ ਦੇ ਵੇਲੇ ਦੇ ਉਹ ਕਿੱਥੇ ਗਏ ਨੇ ਅਜੇ ਕੋਈ ਮੈਂ ਹਰ ਸਮੇਂ ਚੁੱਕਦਾ ਹੁੰਦਾ ਮੁੱਦਾ ਤੇ ਇਹ ਮੈਂ ਚੁੱਕਾਂਗਾ ਕਿਸੇ ਦਿਨ ਫਿਰ ਤੇ ਜਿਹੜਾ ਤੁਸੀਂ ਮੁੱਦਾ ਲਿਆ ਨਾ ਅੱਜ ਮੁੱਦਾ ਬੜਾ ਧੰਨਵਾਦ ਤੁਸੀਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ 3 ਲੱਖ ਕਰੋੜ ਰੁਪਇਆ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਕਰਜ਼ਾ ਇਸ ਵੇਲੇ ਪੰਜਾਬ ਦੇ ਉੱਤੇ ਜਿਹੜਾ ਹੈ ਉਹ ਬਣਿਆ ਹੋਇਆ ਸੋ ਇਹ ਛੋਟਾ ਕਰਜ਼ਾ ਨਹੀਂ ਜੇ ਸਾਡੇ ਪੰਜਾਬ ਦੇ ਵਿੱਚ ਜਿੰਨੇ ਬਸ਼ਿੰਦੇ ਇਸ ਵੇਲੇ ਵੱਸਦੇ ਨੇ ਜੇਕਰ ਉਹ ਹਰ ਮਹੀਨੇ 10,000 ਰੁਪਈਆ ਪੰਜਾਬ ਗੌਰਮੈਂਟ ਨੂੰ ਦੇਣ ਉਹ ਕਰਜ਼ਾ ਲਾਉਣ ਦੇ ਲਈ ਤਕਰੀਬਨ 13 ਸਾਲਾਂ ਲਈ ਤਾਂ ਕਿਤੇ ਜਾ ਕੇ ਕਰਜ਼ਾ ਮੁੜਦਾ ਸੋ ਅਗਲੇ ਸਾਡੇ ਜਿਹੜੇ ਕਾਲਰ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ ਤੁਹਾਡੀਆਂ ਬਹੁਤ ਤੁਸੀਂ ਪਿਆਰ ਕਰਦੇ ਹੋ ਅਤੇ ਬਹੁਤ ਸੰਜੀਦਾ ਕਿਸਮ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਆਪਣੀ ਸਾਂਝ ਰੱਖਦੇ ਹੋ ਬ੍ਰੇਕ ਤੋਂ ਬਾਅਦ ਸਾਰਿਆਂ ਨਾਲ ਗੱਲ ਕਰਦੇ ਹਾਂ ਜੁੜੇ ਰਹੋ ਇਸੇ ਤਰ੍ਹਾਂ ਜਸ ਪੰਜਾਬੀ ਨਾਲ ਜਲਦੀ ਮਿਲਦੇ ਹਾਂ ਸਵਾਗਤ ਹੈ ਜਸ ਪੰਜਾਬੀ ਦੇ ਇੱਕ ਵਾਰ ਫਿਰ ਪ੍ਰੋਗਰਾਮ ਹੈ ਅੱਜ ਦਾ ਮੁੱਦਾ ਮਨਪ੍ਰੀਤ ਬਾਦਲ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਆਪਣਾ ਭਾਸ਼ਣ ਕੀ ਦਿੱਤਾ ਮੰਨ ਲਓ ਕਿ ਦੱਬਿਆ ਹੋਇਆ ਮੁਰਦਾ ਕੱਢ ਲਿਆ ਅਤੇ ਉਹ ਮੁਰਦਾ ਮੁੱਦਾ ਬਣ ਗਿਆ ਉਸ ਮੁੱਦੇ 'ਤੇ ਚਰਚਾ ਚੱਲ ਰਹੀ ਹੈ ਅਤੇ ਸਾਡੇ ਨਾਲ ਕਾਲਰ ਬਹੁਤ ਸਾਰੇ ਜੁੜੇ ਹੋਏ ਨੇ ਬੇਨਤੀ ਕਰਦਾ ਸਾਰੇ ਕਾਲਰਸ ਨੂੰ ਕਿ ਸੰਖੇਪ ਦੇ ਵਿੱਚ ਸਿਰਫ ਤੱਤ ਦੀ ਗੱਲ ਕਰਿਓ ਤਾਂ ਕਿ ਅਸੀਂ ਸਾਰੇ ਕਾਲਰਸ ਦੇ ਨਾਲ ਗੱਲ ਕਰ ਸਕੀਏ ਲਾਈਨ ਬਹੁਤ ਲੰਬੀ ਹੈ ਅਤੇ ਪਹਿਲੇ ਕਾਲਰ ਦੇਖਦੇ ਹਾਂ ਕਿ ਉਹ ਕੀ ਗੱਲ ਕਰਦੇ ਨੇ ਹੈਲੋ ਸਵਾਗਤ ਹੈ ਜੀ ਤੁਹਾਡਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰ ਜੀ ਕਿੱਥੋਂ ਬੋਲ ਰਹੇ ਹੋ ਪੰਜਾਬ ਅਸੀਂ ਜਦੋਂ ਆਮ ਆਦਮੀ ਪਾਰਟੀ ਆਈ ਤੇ ਕੋਈ ਕਹਿੰਦਾ ਸੀ ਗੁੱਡ ਮੈਂ ਕਿਹਾ ਸੀ ਗੁੱਡ ਬੈਡ ਐਂਡ ਅਗਲੀ ਅਸੀਂ ਕਿਹਾ ਉਦੋਂ ਅਕਾਲੀਆਂ ਦਾ ਅਗਲੀ ਤੇ ਵੇਖ ਲਿਆ ਪਰ ਪੰਜਾਬ ਨੇ ਅਸੀਂ ਕਹਿ ਦਾਂਗੇ ਚਲੋ ਬੈਡ ਨੂੰ ਚੂਜ਼ ਕਰ ਲਿਆ ਨਵੀਂ ਨੂੰ ਪਰ ਹੁਣ ਲੱਗਦਾ ਇੱਥੇ ਗੁੱਡ ਕੋਈ ਲੱਭ ਨਹੀਂ ਰਿਹਾ ਆਮ ਆਦਮੀ ਪਾਰਟੀ ਦਾ ਵੀ ਦੇਖ ਲਿਆ ਹੋਪਫੁਲੀ ਆਸ ਕਰਦੇ ਹਾਂ ਕੋਈ ਨਾ ਕੋਈ ਗੁੱਡ ਲੱਭੇਗਾ ਬਟ ਬਾਦਲ ਸਾਹਿਬ ਬੜਾ ਕਹਿੰਦੇ ਸੀ ਮੈਂ ਵੀ ਫੋਲੋ ਕਰ ਰਿਹਾ ਬਜਟ ਥੋੜਾ ਜਿਹਾ ਸੁਣਿਆ ਪਰ ਕੋਈ ਵਿਜ਼ਨ ਕੀ ਹੈ ਕੀ ਕਿਸ ਤਰ੍ਹਾਂ ਕਰਨਾ ਕੀ ਸਟੈਪ ਲਿਆ ਸਕਦੇ ਨੇ ਕਿ ਪੰਜਾਬ ਦੀ ਸਿਚੁਏਸ਼ਨ ਚੇਂਜ ਹੋਵੇ ਉਹ ਕੁਛ ਦੇਖਣ ਨੂੰ ਨਹੀਂ ਮਿਲਿਆ ਚਲੋ ਜਿਹੜੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੀ ਕੁਛ ਉਹਨਾਂ ਨੇ ਲਿਆਂਦਾ ਇੱਕ ਬੜੇ ਸਾਲ ਪਹਿਲਾਂ ਜਦੋਂ ਇਕਾਨਮੀ ਖੋਲੀ ਹੈ ਕੋਈ ਵਿਜ਼ਨ ਉਹਨਾਂ ਨੇ ਦੱਸਿਆ ਨਹੀਂ ਕਿ ਕਿਸ ਤਰ੍ਹਾਂ ਉਹ ਯੂਥ ਕਿੱਦਾਂ ਕੀ ਹੈਗਾ ਕੋਈ ਪਲਾਨ ਕੀ ਹੈਗਾ ਹੀ ਆਪਣਾ ਕੋਈ ਨਾ ਕੋਈ ਵਿਜ਼ਨ ਤੇ ਹੁੰਦਾ ਪਲਾਨ ਹੁੰਦਾ ਤੇ ਇਹੋ ਕਰ ਗਏ ਕਿ ਪਿਛਲੇ 3 ਸਾਲ 'ਚ ਕੀ ਹੋਇਆ ਜੀ ਉਹਨਾਂ ਨੇ ਕੀ ਕੀਤਾ ਚਲੋ ਉਹਨਾਂ ਨੇ ਕੀਤਾ ਵੋਟਾਂ ਲੋਕਾਂ ਨੇ ਤੁਹਾਨੂੰ ਤਾਂ ਹੀ ਤੁਹਾਨੂੰ ਪਾਈਆਂ ਕਿ ਲਿਆਓ ਵਿਜ਼ਨ ਲਿਆਓ ਕੀ ਦੋਗੇ ਤੁਸੀਂ ਕੀ ਦੇ ਰਹੇ ਹੋ ਉਹ ਤੇ ਕੁਛ ਕੁਛ ਨਜ਼ਰ ਨਹੀਂ ਆ ਰਹੇ ਉਹ ਕੁਛ ਨਹੀਂ ਦੇ ਰਹੇ ਸੇਮ ਚੀਜ਼ ਹੈਗੀ ਆ ਤੇ ਬਟ ਐਨੀਵੇ ਚੰਗਾ ਲੱਗਾ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਅੱਗੇ ਗੱਲਬਾਤ ਹੁੰਦੀ ਰਹੇਗੀ ਜੀ ਜੀ ਤੇ ਆਲ ਦਾ ਬੈਸਟ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਜੀ ਤੁਹਾਡਾ ਕਦੇ ਅੰਮ੍ਰਿਤਸਰ ਦੇ ਹਵਾਈ ਅੱਡੇ ਬਾਰੇ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸੋ ਸਾਡੇ ਜਿਹੜੇ ਅਗਲੇ ਕਾਲਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਰਾਮ ਸ਼ਰਮਾ ਬੇਨਤੀ ਕਰ ਰਹੇ ਜੀ ਵਿਨੀਪੈਗ ਕੈਨੇਡਾ ਤੋਂ ਸਵਾਗਤ ਹੈ ਜੀ ਤੁਹਾਡਾ ਸ਼ਰਮਾ ਜੀ ਸਵਾਗਤ ਹੈ ਹਾਂਜੀ ਕੀ ਕਹੋਗੇ ਦੇਖੋ ਜੀ ਜਿਹੜੇ ਇਹ ਬਾਦਲ ਪਰਿਵਾਰ ਆ ਨਾ ਇਹ ਇੱਕ ਸਿੱਕੇ ਦੇ ਦੋ ਪਹਿਲੂ ਆ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇਹਨਾਂ ਦਾ ਜਿਹੜਾ ਹੈਗਾ ਮੰਤਵ ਹੁੰਦਾ ਹੋਰ ਕੋਈ ਮੰਤਵ ਨਹੀਂ ਹੁੰਦਾ
ਕਿਉਂਕਿ ਉਹੀ ਮਨਪ੍ਰੀਤ ਜਿਹੜਾ ਕਹਿੰਦਾ ਸੀ ਮੈਂ ਬਾਦਲਾਂ ਵਾਸਤੇ ਮੈਂ ਤਾਏ ਵਾਸਤੇ ਮਰ ਗਿਆ, ਯੇ ਹੋ ਗਿਆ, ਵੋ ਹੋ ਗਿਆ, ਉਹ ਸਭ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ। ਔਰ ਇਹੀ ਹਾਲ ਢੀਂਡਸਾ ਪਰਿਵਾਰ ਦਾ ਰਿਹਾ। ਤੁਸੀਂ ਦੇਖੋ ਕਿ ਇਹਨਾਂ ਨੇ ਇੰਨੇ ਸਾਲ ਇਸੇ ਸਰਕਾਰ ਦੇ ਵਿੱਚ ਰਹਿ ਕੇ ਇਹਨਾਂ ਲੋਕਾਂ ਨਾਲ ਰਹਿ ਕੇ ਸੱਤਾ ਮਾਣੀ ਹੈ, ਔਰ ਫਿਰ ਜਦੋਂ ਦਾ ਕਮਾਂਡ ਸੁਖਬੀਰ ਦੇ ਹੱਥ ਚਲੀ ਗਈ ਤੇ ਸੁਖਬੀਰ ਇਹਨਾਂ ਨੂੰ ਸੁਣਨੋਂ ਹਟ ਗਿਆ, ਤੇ ਫਿਰ ਇਹਨਾਂ ਨੇ ਹਾਰ ਕੇ ਹੂਲਾ ਫੱਕਿਆ ਕਿ ਜੇ ਇਹ ਕਰ ਸਕਦਾ ਤਾਂ ਅਸੀਂ ਇਹਨੂੰ ਇਹ ਕਰ ਸਕੀਏ। ਦੂਜੀ ਗੱਲ, ਜਿੱਥੋਂ ਤੱਕ ਮੈਂ ਸੋਚਿਆ ਦੇਖਿਆ ਜਾਂ ਸਮਝਦਾ, ਇਹਨਾਂ ਨੂੰ ਦੋ ਢਾਈ ਸਾਲ ਪਹਿਲਾਂ ਪਤਾ ਲੱਗ ਗਿਆ ਸੀ ਕਿ ਸਾਨੂੰ ਇਹ ਚੀਜ਼ ਸਰਕਾਰ ਸਾਡੀ ਨਹੀਂ ਬਣਨੀ। ਇਹਨਾਂ ਨੇ ਫਿਰ ਜਿਹੜੀ ਸੰਗਤ ਦਰਸ਼ਨ ਦੀ ਸਕੀਮ ਸੀ ਨਾ, ਉਹ ਜਿਹੜੇ ਫੰਡ ਸੈਂਟਰ ਸਰਕਾਰ ਤੋਂ ਆਉਂਦੇ ਸੀ, ਜਿਹਨਾਂ ਨੂੰ ਲੋਕਾਂ ਨੂੰ ਪਤਾ ਨਹੀਂ ਸੀ, ਦੱਸਿਆ ਨਹੀਂ ਸੀ ਜਾਂਦਾ ਕਿ ਸੈਂਟਰ ਚੋਂ ਕੀ ਆਇਆ, ਮਨਮੋਹਨ ਸਿੰਘ ਤੋਂ ਲਿਆ ਕੇ ਤੇ ਇਹ ਬਾਲਾ ਲੰਘ ਕੇ ਤੇ ਇਹ ਮੁੱਕਰ ਜਾਂਦੇ ਸੀ, ਸਾਨੂੰ ਤਾਂ ਦਿੱਤਾ ਹੀ ਕੁਛ ਨੀ। ਉਹ ਪੈਸੇ ਇਹਨਾਂ ਨੇ ਪੇਂਡੂ ਲੋਕਾਂ ਨੂੰ ਪਿੰਡਾਂ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਵੰਡੇ। ਜਿੰਨੀ ਪਬਲਿਕ ਨੇ ਕੋਈ ਗੱਲ ਕਰਨੀ ਸੀ, ਆਪਦਾ ਦੁੱਖ ਦੱਸਣਾ ਸੀ, ਉਹਨੂੰ 1.5 ਕਿਲੋਮੀਟਰ ਦੂਰ ਰੱਖਿਆ ਜਾਂਦਾ ਸੀ ਬਾਦਲ ਸਾਹਿਬ ਤੋਂ, ਤੇ ਉਹਨੂੰ ਇਹ ਕਹਿ ਕੇ ਉਹ ਪੈਸੇ ਸਰਕਾਰੀ ਚੈੱਕ ਤੇ ਸਾਈਨ ਕਰਕੇ ਦਿੱਤੇ ਜਾਂਦੇ ਸੀ ਕਿ ਜਿਹੜੀ ਵੋਟ ਆ ਤੂੰ ਰੇਂਜ ਕਰਨਾ, ਤੁਸੀਂ ਵੋਟਾਂ ਸਾਨੂੰ ਪੈਣੀਆਂ। ਬਹੁਤ ਉਹਦੇ ਵਿੱਚ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ ਸ਼ਰਮਾ ਜੀ। ਤੇ ਗੱਲ ਛੋਟੀ ਸੰਖੇਪ ਦੇ ਵਿੱਚ ਹੋਵੇ ਤਾਂ ਚੰਗੀ ਗੱਲ ਹੈ। ਹੋਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਿੰਨੇ ਵੀ ਲਾਈਨ ਦੇ ਵਿੱਚ ਕਾਲਰ ਲੱਗੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ। ਹੈਲੋ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਜੀ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਹਾਂ, ਮੇਰਾ ਨਾਮ ਡਾਕਟਰ ਰਛਪਾਲ ਸਿੰਘ ਬਾਜਵਾ ਜੀ, ਸ਼ਿਕਾਗੋ ਤੋਂ। ਹਾਂਜੀ, ਹੁਕਮ ਕਰੋ। ਹਾਂਜੀ, ਮੈਂ ਅੱਜ ਦੇ ਮੁੱਦੇ ਤੇ ਕਾਲ ਕਰ ਰਿਹਾ। ਹਾਂਜੀ ਹਾਂਜੀ, ਆਪਣੇ ਵਿਚਾਰ ਦੱਸੋ। ਹਾਂਜੀ, ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਵਿਚਾਰ ਇਹ ਹੈ ਜੀ ਵੀ ਜਿਹੜਾ ਅੱਜ 31,000 ਦਾ ਮੁੱਦਾ ਅੱਜ ਪ੍ਰੈਜ਼ੈਂਟ ਕੀਤਾ ਹੈ ਜੀ, ਇਹ ਬਹੁਤ ਪੁਰਾਣਾ ਮੁੱਦਾ ਹੈ। ਕਾਂਗਰਸ ਇਹਦੇ ਤੇ ਇਹਦੀ ਅਪੋਜੀਸ਼ਨ ਕਰਕੇ ਤੇ ਇੱਕ ਵਾਰੀ ਇਲੈਕਸ਼ਨ ਜਿੱਤ ਗਈ। ਨੰਬਰ 2, ਜਿਹੜਾ ਆਪਣਾ ਧਾਰਮਿਕ ਮੁੱਦਾ ਸੀ ਉਹਦੇ ਤੇ ਵੀ ਮੁੱਦਾ ਬਣਾ ਕੇ ਤੇ ਆਪਣੇ ਇਲੈਕਸ਼ਨ ਜਿੱਤ ਗਈ ਜੀ ਜੀ। ਡਰੱਗ ਤੇ ਵੀ ਬਣਾ ਕੇ ਤੇ ਜਿੱਤ ਗਈ। ਚਲੋ, ਇਹ ਤਾਂ ਗੱਲਾਂ ਹੋ ਗਈਆਂ, ਕੀਤਾ ਉਹਨਾਂ ਨੇ ਕੁਛ ਨੀ। ਹੁਣ ਇਹ ਗੱਲ ਆ, ਮੈਂ ਵੀ ਕਾਫੀ ਫਾਲੋ ਕਰਦਾ ਔਰ ਮੈਂ ਪੁਰਾਣੇ 30-40 ਸਾਲਾਂ ਤੋਂ ਕਨੈਕਟਡ ਆ। ਜਿਹੜਾ ਆਪਣਾ ਮੀਡੀਆ ਔਰ ਪੋਲੀਟੀਸ਼ੀਅਨ ਜੀ, ਇਹਨਾਂ ਨੂੰ ਬਿਲਕੁਲ ਸੈਪਰੇਟ ਰਹਿਣਾ ਚਾਹੀਦਾ, ਆਪਣਾ ਆਪਣਾ ਕੰਮ ਕਰਨ ਜੀ, ਠੀਕ ਹੈ। ਅਗਰ ਪੋਲੀਟੀਸ਼ੀਅਨ ਗਲਤ ਕੰਮ ਕਰਦੇ ਆ ਤੇ ਮੀਡੀਆ ਉਹਨਾਂ ਨੂੰ ਯਾਦ ਦਵਾਏ ਵੀ ਤੁਸੀਂ ਗਲਤ ਕੰਮ ਕਰ ਰਹੇ ਜੀ। ਬਿਲਕੁਲ ਜੀ, ਬਿਲਕੁਲ। ਹੁਣ ਇਹ ਗੱਲ ਮੈਨੂੰ ਤਾਂ ਕਹਿਣੀ ਪੈ ਰਹੀ ਆ ਕਿ ਮੈਂ ਕੋਈ ਫਾਈਨਲ ਨਹੀਂ ਹੈ ਗੱਲ, ਪਰ ਚੀਜ਼ ਇਹ ਹੈ ਵੀ ਹੁਣ ਵੇਖੋ ਅੱਜ ਮੁੱਦਾ ਚੱਲਿਆ ਜੀ, ਉਹ ਕਾਲ ਕਰਕੇ ਆਪਾਂ ਪ੍ਰੋਜੈਕਟ ਕਰ ਰਹੇ ਹਾਂ ਵੀ ਪਰਮਿੰਦਰ ਸਿੰਘ ਢੀਂਡਸੇ ਤੇ ਇਹ ਗੱਲ ਡਿੱਗੂਗੀ ਵੀ ਉਹ ਆਪਣੇ ਫਾਈਨੈਂਸ ਮਿਨਿਸਟਰ ਸੀਗੇ ਜੀ ਜੀ ਜੀ। ਅਗਲੇ ਮੁੱਦੇ ਦੇ ਵਿੱਚ, ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਅਸੀਂ ਸੁਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਤੇ ਵੱਡੀ ਗੱਲ ਇਹ ਹੈ ਕਿ 31,000 ਕਰੋੜ ਰੁਪਏ ਦਾ ਇਹ ਸਾਰਾ ਕੁਛ ਹੋਇਆ ਤੇ 3 ਸਾਲ ਦਾ ਸਮਾਂ ਲੱਗਾ ਇਹ ਗੱਲ ਪੰਜਾਬ ਵਿਧਾਨ ਸਭਾ ਦੇ ਰਿਕਾਰਡ 'ਤੇ ਆਉਣ ਲਈ। ਕਿਉਂ 3 ਸਾਲ ਦਾ ਸਮਾਂ ਲੱਗਾ? ਕੁਛ ਅਸੀਂ ਵਿਚਾਰ ਵਟਾਂਦਰੇ ਕੀਤੇ, ਇੰਦਰਜੀਤ ਸਿੰਘ ਗਰੇਵਾਲ ਹੋਰਾਂ ਨਾਲ ਗੱਲਬਾਤ ਕੀਤੀ ਅਤੇ ਹੋਰ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ, ਪਰ ਸਾਡੇ ਸਾਹਮਣੇ ਕੋਈ ਅਜਿਹਾ ਵਿਅਕਤੀ ਵਿਸ਼ੇਸ਼, ਕੋਈ ਅਜਿਹੀ ਪਾਰਟੀ ਨਹੀਂ ਦਿਸਦੀ ਜਿਸਦੇ ਕੋਲ ਵਿਜ਼ਨ ਹੋਵੇ ਪੰਜਾਬ ਨੂੰ ਬਚਾਉਣ ਦਾ, ਸਾਡੇ ਸਰਮਾਏ ਨੂੰ ਬਚਾਉਣ ਦਾ, ਸਾਡੇ ਵਿਰਸੇ ਨੂੰ ਬਚਾਉਣ ਦਾ, ਸਾਡੇ ਸੱਭਿਆਚਾਰ ਨੂੰ ਬਚਾਉਣ ਦਾ ਅਤੇ ਸਾਡੇ ਵੱਲੋਂ ਟੈਕਸਾਂ ਦੇ ਰੂਪ ਵਿੱਚ ਦਿੱਤੇ ਜਾਂਦੇ ਪੈਸੇ ਨੂੰ ਬਚਾਉਣ ਦਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਜਿਹੇ ਨਾਜ਼ੁਕ ਕਿਸਮ ਦੇ ਜਿਹੜੇ ਮੁੱਦੇ ਤੁਹਾਡੇ ਨਾਲ ਸੰਬੰਧ ਰੱਖਦੇ ਨੇ ਉਹਨਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਹਾਜ਼ਰ ਹੋਵਾਂਗੇ। ਹੁਣ ਮੈਨੂੰ ਇਜਾਜ਼ਤ ਦਿਓ, ਜੇਕਰ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ info@justbroadcasting.com 'ਤੇ ਸਾਨੂੰ ਈਮੇਲ ਕਰ ਸਕਦੇ ਹੋ। ਮੇਰੇ ਨਾਲ ਸੰਪਰਕ ਕਰਨ ਲਈ surinder@justbroadcasting.com 'ਤੇ ਤੁਸੀਂ ਈਮੇਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕੱਲ੍ਹ ਮਿਲਦੇ ਹਾਂ। ਉਦੋਂ ਤੱਕ ਲਈ ਇਜਾਜ਼ਤ ਦਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।